ਜਿਵੇਂ ਜਿਹੜੇ ਬੱਚੇ ਜਦੋਂ ਸਾਰਿਆਂ ਤੁਹਾਡੇ ਬੱਚੇ ਪੜ੍ਹੇ ਸਾਡੇ ਪੜ੍ਹੇ 10th ਤੱਕ ਤੇ ਇਹਨਾਂ ਦੀ ਪੜ੍ਹਾਈ ਇੱਕ ਅਲੱਗ ਕਿਸਮ ਦੀ ਹੁੰਦੀ। ਜਦੋਂ ਉਹਨਾਂ ਨੇ ਸਬਜੈਕਟ ਲੈਣਾ ਪਲੱਸ 1 ਸ਼ੁਰੂ ਕੀਤੀ, ਇੱਕਦਮ ਪੜ੍ਹਾਈ ਚੇਂਜ ਹੋ ਜਾਂਦੀ ਪਲੱਸ 1 2 ਦੇ ਵਿੱਚ ਜਾ ਕੇ। ਉਹ ਕਹਿੰਦੇ ਬੜੀ ਔਖੀ ਆ, ਇਹ ਬੜੀ ਔਖੀ ਆ। ਜਦੋਂ ਉਹਨਾਂ ਨੇ ਉਹ ਮੈਡੀਕਲ ਲਿਆ, ਉਹ ਮੈਡੀਕਲ ਦੀਆਂ ਕਿਤਾਬਾਂ ਹੀ ਇੰਨੀਆਂ ਨਹੀਂ ਔਖੀਆਂ ਆ ਗਈਆਂ ਕਿ ਇੱਕਦਮ ਇੰਨਾ ਜ਼ਿਆਦਾ ਮੋੜ ਆ ਜਾਂਦਾ ਪੜ੍ਹਾਈ ਦੇ ਵਿੱਚ ਕਿ ਨਿਆਣੇ ਨੂੰ ਭਾਰ ਚੱਕਣਾ ਔਖਾ ਹੋ ਜਾਂਦਾ। ਸ਼ੁਰੂ ਸ਼ੁਰੂ 'ਚ ਤਾਂ ਬਹੁਤ ਰੋਂਦੇ ਆ, ਕਿੱਥੇ ਫਸ ਗਏ, ਬੜਾ ਔਖਾ ਲੱਗਦਾ ਹੈ। ਇੰਜੀਨੀਅਰਿੰਗ ਵੀ ਹੋਰ ਪੜ੍ਹਾਈਆਂ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਪਹਿਲਾਂ ਸ਼ੁਰੂ ਦੇ ਵਿੱਚ ਮੂਰਤਾਂ ਦਾ ਹੀ ਧਿਆਨ ਧਰਦੇ ਆ, ਫਿਰ ਹੌਲੀ ਹੌਲੀ ਅੱਖਰ ਵਿੱਚ ਆਉਂਦੇ ਨੇ, ਅੱਖਰ ਵਿੱਚੋਂ ਹੌਲੀ ਹੌਲੀ ਪ੍ਰਕਾਸ਼ ਵਿੱਚ ਆਉਂਦੇ ਨੇ। ਇਹ ਦੇਖੋ ਪ੍ਰੈਕਟੀਕਲੀ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਕਈ ਵਾਰ ਪਹਿਲਾਂ ਦਰਸ਼ਨ ਹੁੰਦੇ ਨੇ। ਅਭਿਆਸੀਆਂ ਦੀਆਂ ਗੱਲਾਂ ਕਰਦਾ ਮੈਂ, ਪਹਿਲੇ ਪਾਤਸ਼ਾਹ, ਦੂਜੇ, ਤੀਜੇ, 10ਵੇਂ ਤੱਕ ਹੋ ਗਏ, ਹੋਰ 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 ਹੋਰ, ਕਿਉਂਕਿ ਹਰੇਕ ਅਭਿਆਸੀ ਦੀ ਤਮੰਨਾ ਹੁੰਦੀ। ਬਾਬਾ ਅਜੀਤ ਸਿੰਘ ਜੀ ਕਿਹੋ ਜਿਹੇ ਸੀ, ਬਾਬਾ ਦੀਪ ਸਿੰਘ ਜੀ ਕਿਹੋ ਜਿਹੇ ਸੀ, ਉਹ ਦਿਖੀ ਜਾਂਦੇ ਸਾਹਮਣੇ। ਹੌਲੀ ਹੌਲੀ ਫਿਰ ਅਭਿਆਸੀ ਜਿਹੜੇ ਆ ਉਹ ਪੁੱਛਦੇ ਮੈਨੂੰ ਵੀ ਇਹ ਹੁਣ ਪ੍ਰਕਾਸ਼ ਹੀ ਇਕੱਲਾ ਦੇਖਦਾ। ਉਹ ਜਿਹੜੇ ਪਹਿਲਾਂ ਦੇਖਦੇ ਸੀ ਉਹ ਹਟ ਕੇ ਦੇਖਣੋਂ, ਹੁਣ ਉਹਨਾਂ ਨੂੰ ਸਮਝਾਈਦਾ ਵੀ ਵਾਸਤਵ ਵਿੱਚ ਉਹਦਾ ਅਸਲੀ ਰੂਪ ਪ੍ਰਕਾਸ਼ ਹੈ, ਉਹ ਆਕਾਰ ਨਹੀਂ ਹੈਗਾ। ਉਹ ਤਾਂ ਤੁਹਾਡੀ ਇੱਛਾ ਨੂੰ ਲੈ ਕੇ ਉਹ ਆਕਾਰ ਵਿੱਚ ਆਇਆ ਸੀ। ਹਾਂ, ਪ੍ਰਕਾਸ਼ ਦਿਖਦਾ, ਤੁਸੀਂ ਇੱਛਾ ਕਰੋ ਵੀ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ, ਮੈਂ ਉਹਨਾਂ ਦਰਸ਼ਨ ਕਰਨੇ। ਉਹ ਪ੍ਰਕਾਸ਼ ਵਿੱਚੋਂ ਪ੍ਰਕਾਸ਼ ਨੇ ਗੁਰੂ ਅਰਜਨ ਦੇਵ ਰੂਪ ਧਾਰ ਕੇ ਦਰਸ਼ਨ ਦੇ ਦੇਣੇ, ਫਿਰ ਵਾਪਸ ਪ੍ਰਕਾਸ਼ ਹੀ ਬਣ ਜਾਣਾ। ਵਾਸਤਵ ਦੇ ਜਿਹੜੇ ਅੱਖਰ ਦਿਖਦੇ ਬਾਣੀ ਦੇ, ਇਹ ਵੀ ਇਹੀ ਚੀਜ਼ ਹੈ। ਇਹ ਅੱਖਰ ਆਕਾਰ ਨਹੀਂ ਹੈਗਾ, ਇੱਦਾਂ ਦਾ ਨਾ ਹੀ ਅੱਖਰ ਹੈ, ਇਹ ਅੱਖਰ ਵੀ ਪ੍ਰਕਾਸ਼ ਹੀ ਹੈ ਸਾਰਾ। ਪਰ ਕਿਉਂਕਿ ਮੈਨੂੰ ਸਮਝਾਉਣ ਲਈ, ਤੁਹਾਨੂੰ ਸਮਝਾਉਣ ਲਈ ਪ੍ਰਕਾਸ਼ ਨੇ ਇਹਨਾਂ ਨੂੰ ਅੱਖਰ ਰੂਪ ਦਿੱਤਾ ਹੈ, ਤੇ ਅੱਖਰ ਰੂਪ ਹੋ ਕੇ ਇਹ ਬਾਣੀ ਜਿਹੜੀ ਆ ਸਾਨੂੰ ਸਮਝਾਉਣ ਤੋਂ ਬਾਅਦ ਜਣਾ ਕੇ ਇਉਂ ਪਰੇ ਹੋ ਜਾਂਦੀ। ਜਿਵੇਂ ਕੋਈ ਬੰਦਾ ਸੀ ਕਿਸੇ ਪਿੰਡ ਵਿੱਚ ਗਿਆ, ਇੱਕ ਬੰਦੇ ਨੂੰ ਰੋਕ ਕੇ ਕਹਿੰਦਾ ਮੈਂ ਗੁਰਮੁਖ ਸਿੰਘ ਦੇ ਘਰ ਜਾਣਾ। ਉਹ ਕਹਿੰਦਾ ਸਾਹਮਣੇ ਜਾ ਕੇ ਸੱਜੇ ਪਾਸੇ ਪੀਲੇ ਰੰਗ ਦਾ ਘਰ ਹੈ। ਉਹ ਜਾਂ ਗਲੀ 'ਚ ਵੜਿਆ, ਸਾਰੇ ਘਰ ਹੀ ਪੀਲੇ ਰੰਗ ਦੇ। ਉਹ ਕਹਿੰਦਾ ਵੀ ਪੀਲੇ ਤਾਂ ਸਾਰੇ ਹੀ ਆ। ਕਹਿੰਦਾ ਉਹ ਜੀ ਤੇ ਕਾਂ ਬੈਠਾ। ਉਹ ਜਦੋਂ ਜਾ ਕੇ ਕਾਂ ਵਾਲੇ ਘਰ ਨੇੜੇ, ਕਾਂ ਬੰਦੇ ਨੂੰ ਦੇਖ ਕੇ ਉੱਡ ਗਿਆ, ਕਾਂ ਜਣਾ ਗਿਆ ਉਹਨੂੰ, ਇਹ ਘਰ ਗੁਰਮੁਖ ਸਿੰਘ ਦਾ, ਸਾਰੇ ਹੀ ਪੀਲੇ ਆ। ਜਿਵੇਂ ਕਾਂ ਜਣਾਉਣ ਤੋਂ ਬਾਅਦ ਉੱਡ ਗਿਆ ਪਰ ਘਰ ਦਿਖਾ ਗਿਆ। ਅੱਖਰ ਜਿਹੜੇ ਨੇ ਇਹ ਜਿਹੜੇ ਅੱਖਰ ਆ ਹੁਣ ਲਿਖੇ ਹੋਏ ਨੇ, ਇਹਨਾਂ ਨੂੰ ਆਪਾਂ ਕਹਿ ਸਕਦੇ ਸ਼ਬਦਾਤਮਕ ਅੱਖਰ ਹੈ। ਜਦੋਂ ਇਹ ਸ਼ਬਦ ਨੂੰ ਆਪਾਂ ਧੁਨੀ ਵਿੱਚ ਤਬਦੀਲ ਕਰਦੇ ਹਾਂ, ਧੁਨਾਤਮਕ ਬਣ ਜਾਂਦੀ ਹੈ। ਜਦੋਂ ਧੁਨਾਤਮਕ ਤੋਂ ਬਾਅਦ ਇਹ ਪ੍ਰਕਾਸ਼ਾਤਮਕ ਬਣ ਜਾਂਦੀ ਹੈ, ਤੀਜੀ ਸਟੇਜ ਆ ਗਈ ਦੀ। ਵਾਸਤਵ ਦੇ ਵਿੱਚ ਇਹ ਅੱਖਰ ਪ੍ਰਕਾਸ਼ ਅੱਖਰ ਹੈ, ਪ੍ਰਕਾਸ਼ਾਤਮਕ, ਫਿਰ ਇਹ ਥੱਲੇ ਨੂੰ ਧੁਨਾਤਮਕ, ਫਿਰ ਸ਼ਬਦਾਤਮਕ, ਇਹ ਆਦਿ ਸਾਨੂੰ ਲਿਖੇ ਹੋਏ ਅੱਖਰ ਜਣਾ ਕੇ ਆਪ ਇਹ ਸਾਨੂੰ ਪ੍ਰਕਾਸ਼ ਰੂਪ ਹੋ ਕੇ, ਜਦੋਂ ਜਿਨ੍ਹਾਂ ਦੇ ਕਾਫੀ ਉੱਚੀ ਅਵਸਥਾ ਹੋ ਜਾਂਦੀ ਹੈ ਉਹਨਾਂ ਨੂੰ ਜਦੋਂ ਪ੍ਰਕਾਸ਼ ਕਰਦੇ ਗੁਰੂ ਗ੍ਰੰਥ ਸਾਹਿਬ ਦਾ, ਅੰਦਰੋਂ ਲਾਈਟ ਹੀ ਪੈਂਦੀ, ਬਸ ਪ੍ਰਕਾਸ਼ ਹੀ ਹੈ ਬਸ। ਇਹ ਜਿਹੜੀ ਚੀਜ਼ ਹੈ ਇਹ, ਕਿਉਂਕਿ ਇਸ ਵਕਤ ਕੋਈ ਵੀ ਇਸ ਅਵਸਥਾ ਦਾ ਸੁਣਦਾ ਹੋ ਸਕਦਾ, ਆਪਾਂ ਨੂੰ ਸੁਣ ਕੇ ਚਾਓ ਪੈਦਾ ਹੁੰਦਾ ਕਿੰਨੀ ਅਵਸਥਾ ਹੈ, ਪਰ ਇਹ ਚੀਜ਼ਾਂ ਬਾਣੀ ਦੀਆਂ ਸਮਝਣ ਵਾਲੀਆਂ ਹੁੰਦੀਆਂ ਨੇ। ਖੰਡ ਅੱਖਰ ਹੈ ਇੱਕ, ਖੰਡ ਖੰਡ ਖੰਡ, ਪਰ ਇੱਕ ਖੰਡ ਸਾਹਮਣੇ ਡੱਬੇ 'ਚ ਪਈ ਹੈ, ਇਹ ਵੀ ਖੰਡ ਨਾ, ਤਾਂ ਖੰਡ ਅੱਖਰ ਬੋਲ ਕੇ ਮੂੰਹ ਮਿੱਠਾ ਹੋਇਆ, ਨਾ ਖੰਡ ਲਿਖ ਕੇ ਮੂੰਹ ਮਿੱਠਾ ਹੋਇਆ, ਨਾ ਖੰਡ ਨੂੰ ਦੇਖ ਕੇ ਮੂੰਹ ਮਿੱਠਾ ਹੋਇਆ। ਖੰਡ ਨੂੰ ਮੂੰਹ 'ਚ ਪਾ ਕੇ ਜਦੋਂ ਚੱਖਿਆ, ਹੌਲੀ ਹੌਲੀ ਉਹ ਖੁਰ ਗਈ, ਮਿਠਾਸ ਨੂੰ ਜਣਾ ਕੇ ਦਾਣੇ ਅਲੋਪ ਹੋ ਗਏ, ਦਾਣੇ ਦੇਖਣੋਂ ਹੀ ਹਟ ਗਏ। ਪਰ ਇਹ ਹੈ ਵੀ ਮੇਰਾ ਮੂੰਹ ਮਿੱਠਾ ਹੋ ਗਿਆ, ਤੁਹਾਡਾ ਵੀ ਹੈਗਾ ਵੀ, ਹੁਣ ਮਿੱਠੇ ਨੂੰ ਆਪਾਂ ਮਹਿਸੂਸ ਹੀ ਕੀਤਾ, ਦੇਖਿਆ ਨਹੀਂ, ਅੱਖਾਂ ਨਾਲ ਮਿੱਠਾ ਦਿਖਦਾ ਨਹੀਂ।
परमात्मा भी यही चीज है। बाणी की मिठास भी खंड वांगू ही है, ये अमृत बाणी है। इस तरह ये बाणी जिहड़ी है खंड जदों तक मूँह च नहीं आउंदी उदों तक मिठा नहीं पता लगता। बेशक इधर मूँह मचदा होवे मिर्च खा के तुसीं खंड 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 करो पर मिठा नहीं होया, लिखिया होया देखो नहीं होया, पर मूँह च खंड पाई तां कुड़त्तन दूर होई मिठा आया। सतगुरु कहिंदे ने सामने पई बाणी दे हर अखर खंड है अमृत है, पर इस अमृत नूं जद तक अपने मूँह विच नहीं लियाउंदे तुसीं उदों तक थोड़े मूँह विच मिठास नहीं आउंदी। अखर ने अपना शब्दात्मक रूप तो तनात्मक होके प्रकाशात्मक होके तैनूं प्रकाश कर देना है। वो कहिंदे ज्ञान अंजन गुर दिया अज्ञान अंधेर विनाश हर कृपा ते संत भेटिया नानक मन प्रकाश प्रकाश हो गया उत्थे। तां सतगुरु कहिंदे ने जो ठाकुर सद सदा हजूरे, आपां कहिंदे रब कित्थों मिलना रब ने कदों मिलना, सतगुरु कही तां जांदे ने बचन वी कोल ही आ ते इन्नी पंगती बहुत है, इस नूं ही अमल विच लियाओ कि रब मेरे पास निकट बुझै सो बुरा क्यों करै कि हाजर हजूर है कि जाहर जहूर है, जह जह पेखो तह हजूर दूर कतो न जाई रब रहया सरबत्र मैं मन सदा त्याई। रब तो हुण मिल गया आपां नूं, फिर तुसीं भटकणा कित्थे आ रब दिखाओ रब, हुण कहिंदे कोल आ सा सदा हजूर है। ਹੁਣ ਉਹ ਤਾਂ ਤਾਂ ਦਿਖਾਈਏ ਜੇ ਉਹ ਬੰਦੇ ਦਾ ਆਕਾਰ ਹੋਵੇ, ਕਿਸੇ ਆਕਾਰ ਵਿੱਚ ਰੱਬ ਦਾ ਤਾਂ ਆਕਾਰ ਹੀ ਨਹੀਂ, ਉਹ ਤਾਂ ਪ੍ਰਕਾਸ਼ਾਤਮਕ ਹੈ। ਤਾਕੋ ਅੰਧਾ ਜਾਣਤ ਦੂਰੇ, ਅੰਨਾ ਹੁੰਦਾ ਅਗਿਆਨੀ ਬੰਦਾ, ਬਾਹਰੋਂ ਅੱਖਾਂ ਤਾਂ ਸਜਾਖੀਆਂ ਹੀ ਆ ਪਰ ਸਤਿਗੁਰੂ ਕਹਿੰਦੇ ਅਗਿਆਨੀ ਜੀਵ ਜਿਹੜਾ ਉਹਨੂੰ ਦੂਰ ਸਮਝਦਾ ਬਸ, ਸਤਿਗੁਰੂ ਕਹਿੰਦੇ ਨੇ ਉਹਨੂੰ ਕੋਲ ਜਾਣ ਕੇ ਸਿਮਰਨ ਕਰਨਾ ਹੈ। ਆਠ ਪਹਿਰ ਨਿਕਟ ਕਰ ਜਾਣਾ ਸਿਮਰਨ ਕਰਨਾ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਉਹ ਕੋਲ ਜਾਣ ਕੇ ਸਾਰੇ ਜਾਣੇ। ਦੇਖੋ ਇੱਕ ਹੁੰਦਾ ਉਈ ਕਹੀ ਜਾਣਾ ਵਾਹਿਗੁਰੂ 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 ਕਰੀ ਗਿਆ ਇੱਕ ਬੰਦਾ, ਇੱਕ ਹੁੰਦਾ ਕੋਲ ਜਾਣ ਕੇ ਵਾਹਿਗੁਰੂ ਕਹਿਣਾ। ਤੁਸੀਂ ਕੋਲ ਜਾਣ ਕੇ ਵਾਹਿਗੁਰੂ ਕਹੋ, ਹੁਣ ਇਉਂ ਮਹਿਸੂਸ ਕਰੋ ਜਿਵੇਂ ਆਹ ਲਾਈਟ ਹੈ, ਸਾਰੇ ਲਾਈਟ ਅੰਦਰ ਹਾਲ ਦੇ ਵਿੱਚ ਲਾਈਟ ਹੈ ਅਤੇ ਵਾਹਿਗੁਰੂ ਵੀ ਲਾਈਟ ਸਰੂਪ ਹੀ ਹੈ। ਤੁਸੀਂ ਇਉਂ ਮਹਿਸੂਸ ਕਰੋ ਵੀ ਜਿਵੇਂ ਆਪਾਂ ਇੱਕ ਦੂਜੇ ਦੇ ਸਾਹਮਣੇ ਬੈਠੇ ਹਾਂ, ਜਿਵੇਂ ਗੁਰੂ ਗ੍ਰੰਥ ਸਾਹਿਬ ਆਪਣੇ ਸਾਹਮਣੇ ਨੇ, ਵਾਹਿਗੁਰੂ ਵੀ ਐਂ ਆਪਣੇ ਅੰਦਰ ਵੀ ਹੈ ਬਾਹਰ ਵੀ ਹੈ, ਉਹ ਲਾਈਟ ਸਰੂਪ ਹੈ ਅੱਖਾਂ ਵਿੱਚ ਵੀ ਹੈ। ਇਉਂ ਮਹਿਸੂਸ ਕਰਦੇ ਹੋਏ ਸਾਰੇ ਜਾਣੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਉਂ ਇਸ ਗਿਆਨ ਵਿੱਚ ਟਿਕਣਾ ਹੁੰਦਾ, ਜਿੰਨਾ ਵਿਸਥਾਰ ਕਰਨਾ ਪੈ ਰਿਹਾ, ਜਿੰਨੀ ਕਥਾ ਤੇ ਮੇਰਾ ਜ਼ੋਰ ਲੱਗ ਰਿਹਾ, ਤੁਹਾਡਾ ਸੁਣਨ 'ਚ ਲੱਗ ਰਿਹਾ, ਪਰ ਤੁਸੀਂ ਇੱਥੇ ਟਿਕੋਗੇ ਨਹੀਂ। ਕਿਉਂ? ਇਹ ਮਨ ਸ਼ੈਤਾਨ ਬਹੁਤ ਹੈ, ਇਹਨੇ ਫਿਰ ਕਹਿਣਾ ਇਹ ਤਾਂ ਗੱਲਾਂ ਹੀ ਹੁੰਦੀਆਂ, ਉੱਦਾਂ ਹੀ ਹੁੰਦਾ, ਇਹ ਫੀਲ ਨਹੀਂ ਕਰ ਸਕਦਾ, ਮਨ ਮਹਿਸੂਸ ਨਹੀਂ ਕਰਦਾ। ਜਦੋਂ ਇਹ ਮਹਿਸੂਸ ਕਰਨ ਲੱਗ ਜੇ ਕੋਲ ਹੀ ਹੈ ਅੰਦਰ ਹੀ ਅੰਗ ਸੰਗੀ ਹੈ, ਉਸ ਵਕਤ ਤੋਂ ਵਾਹਿਗੁਰੂ ਤੁਹਾਡੇ ਅੰਦਰ ਕੋਲ ਬਾਹਰ ਸਾਰੇ ਕਿਤੇ ਵਿਆਪਕਤਾ ਦੇ ਵਿੱਚ ਨਜ਼ਰ ਆਉਂਦਾ, ਮਦਦ ਵੀ ਕਰਦੇ ਨੇ। ਇਹਦੇ ਉੱਤੇ ਆਪਾਂ ਉਹਨੂੰ ਅਭਿਆਸ ਕਰਨਾ ਬਸ, ਉਹਨਾਂ ਪੰਗਤੀਆਂ ਨੂੰ। ਹੁਣ ਮੈਂ ਕਿਸੇ ਅਭਿਆਸੀਆਂ ਨੂੰ ਮੈਂ ਅਭਿਆਸ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਵੱਲੋਂ ਉਹਨਾਂ ਨੂੰ ਜਦੋਂ ਦੱਸਿਆ ਜਾਂਦਾ ਵੀ ਕਿਉਂ, ਉਹ ਕਹਿੰਦੇ ਤੁਸੀਂ ਕਿੰਨੀਆਂ ਦੀ ਸੰਗਤ ਕੀਤੀ, ਕੋਈ ਤਰੀਕਾ ਦੱਸੋ। ਇੱਕ ਬੰਦਾ ਕਹਿੰਦਾ ਕਿੱਦਾਂ ਕਰਾਂ, ਮੈਂ ਵਾਲਾ ਪੜ੍ਹਿਆ ਵੀ ਨਹੀਂ ਹੋਇਆ। ਮੈਂ ਕਿਹਾ ਤੂੰ ਦੋ ਪੰਗਤੀਆਂ ਪੜ੍ਹਨੀਆਂ 6 ਤੋਂ ਲੈ ਕੇ 8 ਘੰਟੇ ਤੱਕ ਰਾਤ ਨੂੰ, ਉਹ ਨਿਰਾ ਸਮਰਪਿਤ ਇਤਿਹਾਸ ਜਿਹੜਾ ਹੈ
ਅਭਿਆਸ ਨਹੀਂ ਹੁੰਦੇ, ਕਈ ਬੰਦੇ ਵਿਹਲੇ ਹੁੰਦੇ, ਕੰਮ ਕਾਰ ਸੈੱਟ ਹੁੰਦਾ ਸਾਰਾ, ਕਹਿੰਦੇ ਬਸ ਅਭਿਆਸ ਕਰੂੰਗਾ। ਰਾਤ ਨੂੰ ਬਹਿੰਦਾ ਵੀ ਸੀ ਉਹ, ਵੈਸੇ 9-10 ਵਜੇ ਬਹਿੰਦਾ ਸੀ, ਸਵੇਰੇ 4 ਵਜੇ ਜਾ ਕੇ ਉਹਨੇ ਫਿਰ ਆਰਾਮ ਕਰਨਾ। ਮੈਂ ਕਿਹਾ ਤੂੰ ਸਾਰੀ ਰਾਤ ਔਰ ਆਰਾਮ ਨਾਲ ਕਾਲੇ ਨਹੀਂ ਪੈਣਾ ਮਹਿਸੂਸ ਕਰਦੇ ਹੋਏ, ਦੁਕਾਲੰ ਪਰਣਾਸੇ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਦੁਕਾਲੰ ਪਰਣਾਸੇ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ। ਹੁਣ ਮੈਨੂੰ ਸਮਝਾ ਤਾ ਅਰਥ। ਦੋ ਕਾਲੰ, ਦੋ ਹੁੰਦਾ ਖੋਟਾ, ਕਾਲੰ ਹੁੰਦਾ ਸਮਾਂ, ਦੁਕਾਲੰ ਉਹਨੂੰ ਪ੍ਰਣਾਸੀ ਨਾਸ ਕਰਦਾ, ਖੋਟੇ ਸਮੇਂ ਨੂੰ, ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰ ਸੰਭਾਲੇ। ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ, ਦਇਆ ਦਾ ਹੀ ਸਰੂਪ ਹੈ ਜਿਹੜਾ, ਸਦਾ ਅੰਗ ਸੰਗੇ, ਕਿਉਂਕਿ ਉਹਦਾ ਪ੍ਰਕਾਸ਼ ਮੇਰੇ ਅੰਗਾਂ ਨਾਲ ਵੀ ਹੈ, ਤਾਂਹੀਓ ਤਾਂ ਮੇਰਾ ਸਰੀਰ ਚੱਲਦਾ ਹੈ। ਇਸ ਵਕਤ ਜਿਵੇਂ ਆਪਾਂ ਪ੍ਰਕਾਸ਼ ਵਿੱਚ ਬੈਠੇ, ਉਹ ਉਹਦੇ ਪ੍ਰਕਾਸ਼ ਵਿੱਚ ਵੀ ਬੈਠੇ ਹਾਂ, ਮੈਂ ਸਿਰਫ ਇੰਨਾ ਵੀ ਉਹ ਪ੍ਰਕਾਸ਼ ਇਹਨਾਂ ਅੱਖਾਂ ਨਾਲ ਦਿਖਦਾ ਨਹੀਂ ਹੈ, ਉਹ ਜਦੋਂ ਗਿਆਨ ਅੰਜਨ ਮਿਲਣਾ ਫਿਰ ਦਿਖਣਾ। ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਫਿਰ ਅਪੰਗੰ ਵਿਭੂਤੇ, ਨਾਸ ਤੋਂ ਰਹਿਤ ਤੇਰੀ ਵਿਭੂਤੀ ਕਿਹੜੀ ਹੈ? ਨਾਮ ਧਨ। ਅਰਥਾਂ ਵਿੱਚ ਵੀ ਮਨ ਨੂੰ ਜੋੜਨਾ, ਮਹਿਸੂਸ ਵੀ ਕਰਨਾ, ਸਦਾ ਮੇਰੇ ਅੰਗ ਸੰਗ ਹੈ, ਜਿੰਨੇ ਮੇਰੇ ਰੋਮ ਹੈ ਇਹਨਾਂ ਦੇ ਵਿੱਚ ਵੀ ਉਹੀ ਹੈ, ਮਾਸ ਵਿੱਚ ਵੀ ਉਹੀ, ਹੱਡੀਆਂ ਵਿੱਚ ਵੀ ਉਹਦਾ ਹੀ ਪ੍ਰਕਾਸ਼ ਹੈ, ਉਹ ਮੇਰੇ ਹਿਰਦੇ ਵਿੱਚ ਵੀ ਉਹੀ ਹੈ, ਵਿਆਪਕ ਵੀ ਉਹੀ ਹੈ। ਇਸ ਤਰ੍ਹਾਂ ਆਪਾਂ ਨੇ ਉਹਦੇ ਨਾਲ ਅੰਦਰੋਂ ਜੁੜਨਾ ਹੈ। ਅਤੇ ਠੀਕ ਆ, ਕਰਮਾਂ ਦੀ ਵੀ ਇੱਕ ਤਾਂ ਗੱਲ ਹੁੰਦੀ ਆ, ਵੀ ਕਰਮ ਵੀ ਜਿਹਦੇ ਜਿੰਨੇ ਹੋਣ, ਪਰ ਇੱਕ ਪੱਖ ਵਿੱਚ ਮੈਂ ਇਹ ਵੀ ਕਹੂੰਗਾ ਵੀ ਤੁਸੀਂ ਇਹ ਅੱਖਰ ਦੇਖਣ ਨੂੰ ਸੁਣਨ ਨੂੰ ਗੁਰਮਤ ਤੋਂ ਉਲਟ ਲੱਗਦਾ, ਭੈੜਾ ਵੀ ਲੱਗਦਾ, ਮੈਂ ਵੀ ਇਸ ਅੱਖਰ ਨੂੰ ਬੋਲਣ ਤੋਂ ਝਿਜਕਦਾ, ਪਰ ਮੈਂ ਇਹ ਕਹਿਣਾ ਵੀ ਕਈ ਨਿਆਣੇ ਇਹੋ ਜਿਹੇ ਹੁੰਦੇ ਆ, ਉਹ ਘਰੋਂ ਮਾਂ ਬਾਪ ਭੇਜਦੇ, ਟਿਫਨ ਵੀ ਦਿੰਦੇ ਆ, ਵਰਦੇ ਵੀ ਸਕੂਲ ਦੀ ਪਾਉਂਦੇ ਆ, ਪਰ ਨਿਆਣਾ 0 ਨੰਬਰ ਹੀ ਲਿਆਉਂਦਾ, ਮਾਸਟਰ ਕਹਿੰਦੇ ਪੜ੍ਹਦਾ ਪੁੱਟਣੇ ਇੱਥੇ ਵਾਲੀ ਰੋਟੀ ਲਿਆਉਂਦਾ, ਟਿਫਨ ਵਾਲੀ ਖਾ ਕੇ ਮੁੜ ਜਾਂਦਾ। ਇੱਦਾਂ ਹੀ ਆਪਾਂ ਗੁਰਦੁਆਰੇ ਆਉਂਦੇ ਹਾਂ, ਆਪਾਂ ਲੰਗਰ ਛਕ ਕੇ ਮੁੜ ਜਾਂਦੇ, ਇੱਥੋਂ ਕਰਦੇ ਕਰਦੇ ਆਪਾਂ ਕੁਛ ਨਹੀਂ। ਜਿਵੇਂ ਉਹ ਇਹੋ ਜਿਹੇ ਅੱਖਰ ਨੂੰ ਬੋਲਾਂ ਤਾਂ ਉਸ ਅੱਖਰ 'ਤੇ ਤੁਸੀਂ ਜ਼ਰੂਰ ਕਿੰਤੂ ਕਰੋਗੇ, ਪਰ ਉਸ ਅੱਖਰ ਨੂੰ ਇੱਕ ਪੱਖ ਵਿੱਚ ਲਓ, ਸਾਰਿਆਂ ਪੱਖਾਂ ਵਿੱਚ ਲਓ ਕਿ ਤੁਸੀਂ ਆਪਣੇ ਟਾਈਮ ਵੇਸਟ ਕਿਉਂ ਕਰਦੇ ਹੋ, ਮੈਨੂੰ ਦੱਸੋ ਕਿਉਂ? ਕਿਉਂਕਿ ਤੁਸੀਂ ਆਪਣੇ ਟਾਈਮ ਨੂੰ ਘਰੋਂ ਵੀ ਆਏ ਹੋ, ਭਾਈ ਜੀ ਨੇ ਵੀ ਕਹਿਣਾ, ਪ੍ਰਧਾਨ ਜੀ ਨੇ ਵੀ ਕਹਿਣਾ, ਸਾਧ ਸੰਗਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆ, ਵਾਕਈ ਤੁਹਾਡਾ ਸਮਾਂ ਬਈ ਕੀਮਤੀ ਹੈ। ਉਹ ਕਿਹੜੀ ਕੀਮਤੀ ਹੈ? ਪੈਸਿਆਂ ਵਾਲਾ। ਤੁਹਾਡਾ ਸਮਾਂ ਕੀਮਤੀ ਤਾਂ ਕਿ ਤੁਸੀਂ 2 ਘੰਟਿਆਂ 'ਚ ਹੋਰ 50 ਪਾਉਂਡ ਕਮਾ ਲੈਣੇ ਸੀ, ਉਹ ਤਾਂ ਕੀਮਤੀ ਹੈ। ਇਹ ਕੀਮਤੀ ਤਾਂ ਕਿ ਇੱਥੇ ਆਪਾਂ 2 ਘੰਟਿਆਂ 'ਚ ਨਾਮ ਧਨ ਕਮਾ ਲੈਣਾ, ਇਹ ਵੀ ਕੀਮਤੀ ਹੈ। ਪਰ ਤੁਸੀਂ ਇੱਥੇ ਆ ਕੇ ਆਪਣੇ ਕੰਮ 'ਚ ਮਨ ਨੂੰ ਲੈ ਗਏ ਹੋ, ਨਾ ਤਾਂ ਤੁਸੀਂ ਇੱਥੇ ਜੋਗੇ ਰਹੇ ਨਾ ਉੱਥੇ ਜੋਗੇ ਰਹੇ। ਮਨ ਨੇ ਤਾਂ ਗੱਡੀ ਚਲਾਉਣੀ ਨਹੀਂ ਜਾ ਕੇ, ਮਨ ਨੇ ਦੁਕਾਨਦਾਰੀ ਨਹੀਂ ਕਰਨੀ, ਮਨ ਨੇ ਕੰਮ ਤਾਂ ਕਰਨਾ ਨਹੀਂ, ਮਨ ਉੱਥੇ ਕੰਮ ਕਰਦਾ, ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਗੈਰ ਹਾਜ਼ਰੀ ਵੀ ਲੱਗ ਰਹੀ। ਕਹਿਣ ਤੋਂ ਭਾਵ ਜੇ ਕੰਮ ਕਰਨਾ ਹੈ, ਆਪਣੇ ਕੰਮ ਨੂੰ ਸੰਗਤ ਵਿੱਚ ਬੈਠ ਕੇ ਇਉਂ ਕਰੋ ਜਿਹਨੂੰ ਸਤਿਗੁਰੂ ਕਹਿੰਦੇ ਨੇ, ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ। ਤੁਸੀਂ ਮਨ ਕਰਕੇ ਵੀ ਜਪਣਾ, ਬਚ ਬਚਨਾਂ ਨਾਲ, ਜ਼ਬਾਨ ਨਾਲ ਵੀ ਵਾਹਿਗੁਰੂ ਕਹਿਣਾ ਹੈ, ਔਰ ਸਰੀਰ ਨਾਲ ਵੀ ਕਹਿਣਾ, ਮਨ ਬਚ ਕਰਮ, ਕਰਮ ਇਹੀ ਹੁੰਦਾ, ਇੱਕ ਮਿੱਕ ਹੋ ਜਾਣਾ, ਪਤਾ ਨਾ ਲੱਗੇ ਕਿੱਥੇ ਬੈਠਾ ਮੈਂ। ਐਸੀਆਂ ਸਮਾਧੀਆਂ ਵਾਲੇ ਬੈਠੇ ਆ, ਫਿਰ ਉਹਨੂੰ ਹੌਲੀ ਕੁ ਦਿਨ ਕਹਿਣਾ ਪੈਂਦਾ, ਅਰਦਾਸ ਸ਼ੁਰੂ ਹੋ ਗਈ, ਅੱਛਾ ਮੈਂ ਪਤਾ ਹੀ ਲੱਗਿਆ। ਉਹ ਜੁੜ ਜਾਂਦੇ ਬੈਠੇ ਬੈਠੇ ਕਈ ਵਾਰ, ਐਸਾ ਕਹਿ ਰਹੇ ਮੇਰੇ ਨਾਲ ਹੁੰਦਾ ਕਿਉਂ? ਕਥਾ ਕਰਨ ਕਰਕੇ ਪਟਿਆਲੇ ਮੋਤੀ ਬਾਗ ਗੁਰਦੁਆਰੇ ਕਥਾ ਕਰਦੇ ਜਾਓ, ਇੱਕ ਪ੍ਰੋਫੈਸਰ ਸੀ ਕਾਫੀ
ਕਈ ਬੰਦੇ ਬਹੁਤ ਪੈਂਦੇ, ਪ੍ਰੋਫੈਸਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਨੂੰ ਉਹਨੇ ਕੁਐਸਚਨ ਕੀਤਾ ਕਿ ਗਿਆਨੀ ਜੀ ਕਥਾ ਸੁਣਦੇ ਜਦ ਕਥਾ ਵਿੱਚ ਐਸੇ ਕਈ ਵਾਰ ਬਚਨ ਆ ਜਾਂਦੇ ਮੇਰੇ, ਉਦੋਂ ਸੁਰਤ ਜੁੜ ਜਾਂਦੀ ਹੈ, ਕਥਾ ਸੁਣਨ ਨੂੰ ਹਟ ਜਾਂਦੀ ਹੈ, ਮੇਰੀ ਸੁਰਤੀ ਸ਼ਬਦ ਵਿੱਚ ਜੁੜ ਕੇ ਉੱਪਰ ਚਲੀ ਜਾਂਦੀ। ਕੁਐਸਚਨ ਇਹ ਵੀ ਮੈਂ ਕਥਾ ਵਿੱਚ ਬਹਿ ਕੇ ਕਥਾ ਹੀ ਸੁਣਾਂ ਕਿ ਜੇ ਫਿਰ ਸਮਾਧੀ ਜੁੜਿਆ ਰਹਾਂ। ਮੈਂ ਕਿਹਾ ਕਥਾ ਸੁਣਨਾ ਪਹਿਲੀ ਸਟੇਜ ਹੈ, ਸਮਾਧੀ ਦੂਸਰੀ ਸਟੇਜ ਹੈ। ਕਥਾ ਕਾਹਦੇ ਲਈ ਸੁਣਦੇ? ਸਮਾਧੀ ਲਾਉਣ ਲਈ। ਜੇ ਤੁਸੀਂ ਅਪਗ੍ਰੇਡ ਹੋ ਗਏ ਹੋ ਬੈਠੇ ਤਾਂ ਕੋਈ ਫਿਰ ਕਥਾ ਦੀ ਫੇਰ ਲੋੜ ਨਹੀਂ ਪੈਂਦੀ, ਫਿਰ ਤੂੰ ਤਾਂ ਉੱਤੇ ਉੱਠ ਗਿਆ, ਉਹ ਜੁੜ ਜਾਵੇ। ਕਈ ਕੀਰਤਨ ਸੁਣਦੇ ਸੁਣਦੇ ਸਮਾਧੀ ਲੱਗ ਜਾਂਦੀ ਹੈ, ਕਈ ਕੀਰਤਨ ਕਰਦਿਆਂ ਦੀ ਲੱਗ ਜਾਂਦੀ ਹੈ, ਕਈ ਵਾਰ ਕਥਾ ਕਰਦਿਆਂ ਵੀ ਸਮਾਧੀ ਲੱਗ ਜਾਂਦੀ ਹੈ, ਕਈ ਵਾਰ ਬਾਣੀ ਪੜ੍ਹਦਿਆਂ ਵੀ ਸਮਾਧੀ ਲੱਗ ਜਾਂਦੀ ਹੈ। ਜਿਵੇਂ ਸਿੱਖ ਦੀ ਸਮਾਧੀ ਲੱਗ ਗਈ, ਬੱਚੇ 17-18 ਸਾਲ ਦਾ, ਉਹ ਕਹਿੰਦਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਮਾਧੀ ਲੱਗ ਗਈ ਬਸ। ਉਹ ਇਸੇ ਅੱਖਰ ਨੂੰ ਬੋਲੀ ਜਾਂਦਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਕਹਿੰਦਾ ਗਾਹਾਂ ਵੀ ਪੜ੍ਹ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕੋਮਾਂ 'ਚ। ਇਹ ਬਰਾਬਰ ਬਰਾਬਰ ਸਥਿਤੀਆਂ ਚੱਲਦੀਆਂ। ਇਹ ਇੱਕ ਅਵਸਥਾ ਹੁੰਦੀ ਹੈ ਜਿੱਥੇ ਅਸੀਂ ਜਾ ਕੇ ਕਹਿ ਲਈਏ ਵੀ ਕੋਮਾਂ ਵਾਂਗੂ ਹੋ ਜਾਂਦਾ, ਕੋਮਾਂ ਜਿਵੇਂ ਕੋਮਾਂ 'ਚ ਇਨਸਾਨ ਜਾਂਦਾ। ਪਟਿਆਲੇ ਇੱਕ ਬੰਦੇ ਦਾ ਐਕਸੀਡੈਂਟ ਹੋਇਆ, ਕਾਫੀ ਵੱਡਾ ਬੰਦਾ ਸੀ, ਖੈਰ ਸਾਰਾ ਟੱਬਰ ਉਧਾਰ ਹੁੰਦਾ ਫਿਰ ਯਾਰ, ਦਾਸਾਂ ਬਹੁਤ ਕਰਾਈਆਂ। ਉਹ ਹੋਸਪਿਟਲ ਪਿਆ, ਉਹ ਕੋਮਾਂ 'ਚ ਇੱਕੋ ਅੱਖਰ ਬੋਲਦਾ, ਉਹ ਦੋਧੀ ਨੂੰ ਪੈਸੇ ਦੇ ਦਿਓ, ਉਹ ਦੋਧੀ ਨੂੰ ਪੈਸੇ ਦੇ ਦਿਓ, ਉਹ ਇੱਕ ਜਗ੍ਹਾ ਟਿਕ ਗਿਆ ਅੰਦਰ। ਬ੍ਰਹਮ ਗਿਆਨੀ ਦੀ ਵੀ ਇੱਦਾਂ ਕਈ ਵਾਰ ਇੱਕ ਅੱਖਰ ਟਿਕ ਜਾਂਦਾ ਹੈ। ਉਹ ਕਈ ਵਾਰ ਅਸੀਂ ਕਿਸੇ ਮਹਾਂਪੁਰਖ ਕੋਲ ਬੈਠੇ ਨੇ, ਬਹੁਤ ਤਕੜਿਆਂ ਤਕੜਿਆਂ, ਹੁਣ ਤਾਂ ਕਈ ਰਹੇ ਨਹੀਂ, ਉਹ ਜਦੋਂ ਮੈਂ ਬੈਠਾ ਮੈਨੂੰ ਸ਼ੁਰੂ 'ਚ ਨਾ ਸਮਝ ਲੱਗੀ ਪਾਣੀ ਹੈ। ਅੱਛਾ ਜੀ, ਮੈਂ ਉਹਨਾਂ ਦੇ ਸੇਵਾਦਾਰ, ਪਾਣੀ ਕਹਿੰਦੇ। ਅੱਛਾ, ਕਹਿੰਦੇ ਬਾਥਰੂਮ ਜਾਣਾ ਇਹਨਾਂ ਨੇ, ਮੈਂ ਨਾ ਸਮਝਿਆ, ਫਿਰ ਬੈਠੇ, ਫਿਰ ਹੱਥ 'ਚ ਲੱਗਦੇ ਪਾਣੀ ਹੈ। ਮੈਂ ਕਿਹਾ ਹੁਣ ਕੀ ਕਹਿੰਦੇ? ਕਹਿੰਦੇ ਗਰਮੀ ਬੜੀ ਹੈ। ਉਹ ਕਿਉਂ? ਉਹ ਵੀ ਪਾਣੀ ਹੈ। ਫਿਰ ਥੋੜ੍ਹੀ ਦੇਰ ਕਹਿੰਦੇ ਪਾਣੀ। ਅੱਛਾ ਬਾਬਾ ਹੀ ਲਿਆਉਣਾ, ਜੂਸ ਲਿਆਇਆ। ਉਹ ਮੈਂ ਕਿਹਾ ਇੱਕ ਅੱਖਰ? ਕਹਿੰਦੇ ਹੁਣ ਇੱਕ 'ਚ ਹੀ ਆ ਕੰਮ, ਬਸ ਹਰੇਕ ਚੀਜ਼ ਨੂੰ ਪਾਣੀ ਕਹੀ ਜਾਂਦੀ। ਮੀਂਹ ਆ ਗਿਆ ਤਾਂ ਵੀ ਪਾਣੀ ਆ ਗਿਆ, ਹੈ ਉਹ ਹੀ ਚੀਜ਼ ਹੈ। ਜਦੋਂ ਇੱਕ ਅੱਖਰ ਟਿਕ ਜਾਂਦਾ ਅੰਦਰ, ਇੱਕ ਹੀ ਬੋਲੀ ਜਾਂਦਾ, ਇਹੀ ਚੀਜ਼ ਅਵਸਥਾ ਵਿੱਚ ਇਹੋ ਜਿਹਾ ਆ ਜਾਂਦਾ। ਜਦੋਂ ਵਾਹਿਗੁਰੂ ਮੰਤਰ ਟਿਕਦਾ ਤਾਂ ਵਾਹਿਗੁਰੂ ਹੀ ਹੋ ਜਾਂਦਾ, ਦੂਜੀ ਗੱਲ ਵਾਹਿਗੁਰੂ ਵਾਹਿਗੁਰੂ, ਹਰੇਕ ਗੱਲ ਨੂੰ ਵਾਹਿਗੁਰੂ ਕਹੀ ਜਾਂਦੇ ਨੇ। ਉਹ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਵਿੱਚ ਟਿਕ ਗਿਆ, ਮਹਾਰਾਜ ਕੋਲ ਵੀ ਲਿਆਂਦਾ। ਮਹਾਰਾਜ ਇਹ ਅੱਗੇ ਹੀ ਨਹੀਂ ਬੋਲਦਾ, ਮਹਾਰਾਜ ਕਹਿੰਦੇ ਭਜੰਗੀ ਅੱਗੇ ਨਿੰਗਰਾ ਬੋਲ ਬਈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਫਿਰ ਇਹੀ ਕਹੀ ਜਾਂਦਾ, 3-4-5 ਵਾਰੀ ਕਿਹਾ ਸਤਿਗੁਰਾਂ ਨੇ। ਜਦੋਂ ਅੰਦਰਲੇ 'ਚ ਨਿਗਾਹ ਮਾਰੀ, ਕਹਿ ਜੁੜ ਗਿਆ ਇਹ, ਤਾਂ ਇੱਥੇ ਹੀ ਜੁੜ ਗਿਆ ਬਸ, ਇਹ ਨਹੀਂ ਹੁਣ ਗਾਹ ਜਾਂਦਾ। ਇਹ ਉਹ ਪੰਗਤੀ ਦਾ ਰੂਪ ਹੋ ਗਿਆ, ਸੱਚਮੁੱਚ ਇਹ ਆਨੰਦ ਪਿਆ ਮੇਰੀ ਮਾਏ ਕਹਿੰਦਾ, ਸਤਿਗੁਰੂ ਮੈਂ ਪਾਇਆ, ਇਹ ਜੁੜ ਗਿਆ, ਅੰਦਰੋਂ ਜੁੜ ਗਿਆ। ਬਸ ਇਹੀ ਚੀਜ਼ ਹੁੰਦੀ ਆ, ਆਪਾਂ ਜੁੜਦੇ ਨਹੀਂ। ਬਹੁਤ ਗੱਲਾਂ ਜਿਹੜੀਆਂ ਹਾਲੇ ਆਪਣੇ ਵਿੱਚੋਂ ਸ਼ਾਂਤੀ ਹੋਣ ਵਾਲੀਆਂ, ਬੜੀਆਂ ਚੀਜ਼ਾਂ, ਬਹੁਤ ਚੀਜ਼ਾਂ ਜਿਹੜੀ ਸ਼ਾਂਤੀ ਹੋਣ ਵਾਲੀਆਂ। ਕਈ ਦਿਖਾਵੇ ਲਈ ਆਉਂਦੇ ਨੇ ਗੁਰਦੁਆਰੇ, ਕਈ ਦਿਖਾਵੇ 'ਚ ਹੀ ਕਹਿੰਦੇ ਮੈਨੂੰ ਧਰਮੀ ਵੀ ਕਹੋ, ਮੈਂ ਗਲਤੀਆਂ ਵੀ ਕਰੀ ਜਾਵਾਂ। ਆਪਾਂ ਬਹੁਤ ਕੁਛ ਕਰਦੇ ਹਾਂ, ਪਰ ਇਹ ਹੁੰਦਾ ਵੀ ਆਉਣਾ ਚੰਗਾ ਹੁੰਦਾ, ਉਧਾਰ ਹੋ ਜਾਂਦਾ ਬਾਈ ਚਾਂਸ ਗੁਰੂ ਸਾਹਿਬ ਦੀ ਕਿਰਪਾ ਹੋ। ਚਲੋ ਆਪਾਂ ਕਹਿੰਦੇ ਕੋਈ ਨਹੀਂ, ਜਿੱਤਾਂ ਵੀ ਆਉਂਦਾ ਇਹਨੂੰ ਆਉਣ ਦਿਉ। ਕਿਉਂਕਿ ਕਈ ਵਾਰੀ ਦੇਖਿਆ ਕਈ ਬੰਦੇ ਆਪਾਂ ਲੱਗਦੇ ਹੁੰਦੇ ਉੱਦਾਂ ਹੀ ਆਏ, ਪਰ ਉਹਨਾਂ 'ਤੇ ਕਿਰਪਾ ਬਹੁਤ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਤੁਸੀਂ ਰੱਬ ਨੂੰ ਕੋਲ ਸਮਝੇ, ਇਹਨੂੰ ਆਹ ਪੰਗਤੀ ਨੂੰ ਅਮਲ 'ਚ ਲਿਆਉਣਾ। ਪੰਗਤੀਆਂ, 3 ਪੰਗਤੀਆਂ ਨੂੰ ਕਮਾਉਣ ਵਿੱਚ ਹੀ ਬਹੁਤ ਜ਼ੋਰ ਲੱਗ ਜਾਂਦਾ, ਪਰ ਆਪਾਂ ਕਮਾਉਣ ਵਿੱਚ ਜਦੋਂ ਜ਼ੋਰ ਲੱਗਦਾ ਤਾਂ ਆਪਾਂ ਫਿਰ ਕਮਾਉਣਾ ਨਹੀਂ ਚਾਹੁੰਦੇ ਉਹਨੂੰ। ਜਾ ਕੀ ਟਹਿਲ ਪਾਵੈ ਦਰਗਹਿਮਾਨ, ਜਿਹੜੀ ਸੇਵਾ ਕਰਨ ਨਾਲ ਸਤਿਗੁਰਾਂ ਦੀ, ਪਰਮਾਤਮਾ ਦੀ, ਮਹਾਂਪੁਰਸ਼ਾਂ ਦੀ ਸੰਗਤ ਦੀ, ਸਿਮਰਨ ਕਰਨੇ ਕਰਕੇ ਮੇਨ ਇੱਥੇ ਪਰਮੇਸ਼ਰ ਦੀ ਆ ਟਹਿਲ। ਪਰ ਸਤਿਗੁਰੂ ਕਹਿੰਦੇ ਨੇ ਕਿ ਜਿਹੜੀ ਸੰਗਤ ਦੀ ਸੇਵਾ ਉਹ ਵੀ ਮੇਰੀ ਸੇਵਾ ਹੀ ਆ, ਕਿਸੇ ਗੁਰਮੁਖ ਦੀ ਸੇਵਾ ਉਹ ਵੀ ਮੇਰੀ ਸੇਵਾ ਹੀ ਆ।
क्योंकि बाबा बुढ़ा जी कहते मेरा रूप है, भाई बिधी चंद कहते मेरा रूप है, खालसा मेरा रूप है खास। इस करके सतगुरु कहते ने कि जा की टहल पावे दरगह मान, माण आदर सत्कार दरगाह च मिलता है। इत्थे तो अगला सुभाविक जिहा चौर करता इदा, चलो जी मैं कर दिंदा चौर, पर जदों इह चौर कीती दी अगे जा के कीमत पैंदी आ। वो कहें तुसीं मैनूं बड़े सोहणे थां ते बिठाई जांदे, इन्ना सत्कार कर, फुल्लां दी बरखा हो जांदी। कहिंदे तूं गुरु ग्रंथ साहिब नूं चौर करके आया, तूं धन है। देवते भी तरसदे चौर करन नूं, देवते आ उह चौर नूं इह फड़ नहीं सकदे हज, क्योंकि उह दूजे सरूप च हुंदे ने, सतारां तत्तां दी देही हुंदी है। सिर्फ थोड़े कोल हुण इस वक्त यह हक है कि तुसीं चौर कर सकते हो, भांडे मांज सकते हो, जोड़े चाड़ सकते हो, लंगर वरता सकते हो। जदों आपां इस शरीर चों निकल के ऐ पासे खड़े हो गए, यह बॉडी संस्कार हो गई, इत्थे खड़ा व्यक्ति बोली भी जावे, चाहे वह कोशिश भी करे मैं कुछ कर लवां, कुछ कर नहीं सकता, क्योंकि कर्म भूम है बोहो नाम। जदों तक तुहाडे कोल शरीर है उदों तक कर्मां दी भूमि है तुहाडे कोल, बस ये हुण तुसीं देख लो तुसीं की बीजना, पैसा बीजना देख लो, जां पाप बीजने इस शरीर विच, जां पुन बीजने, नाम बीज संतोख सुहागा रख गरीबी वेस, तो वो करना। तिस बिसारै मुगध अजान, कहिंदे इह मुगध अजान, इह अजान हुंदा अग्ञात अग्ञानता वाला व्यक्ति है, जिहड़ा मुगध महामूर्ख आदमी है, कि उहनूं देखो भुला के बैठा रब नूं। कुदरती है एक हवा जी ऐसी है कलयुग की, या माया का प्रभाव ऐसा है, तुसीं देख लो गलत पासे जिहनू मन जांदा उह प्रेरणा ही इही जी हो जांदी है। किसी किसी नूं इह चीज़ की प्रेरणा मिलती है, अंदरों एक चाव पैदा हुंदा, उमाह पैदा हुंदा, मैं भी सेवा करनी है, मैं भी गुरु ग्रंथ साहिब की सेवा करनी है। कहने एक बारी गुरु ग्रंथ साहिब का सरूप सीस ते कोई लै लवे, एक बारी उहदा भी पता नहीं किन्ना ही फल हुंदा। जे अमृतधारी लै लवे तां उहनूं बहुत फल, पर केसी नहाता होणा। सरूप की सेवा करन लई भी सारा कुछ सीखना पैंदा, भी सरूप दे वस्त्र सुचे, गात्रा सुचा, पग सुची होण। कईआं नूं सिखाया दस्सिया भी है, पटियाले भी संगत नूं मैं तुझे वो मूँह दे विच लड़ जा, जाओ फटदे हो, जाओ फटदे हो, वह ऐन थुक नाल भर के चंगी तरह पिछे, फिर तू कहना मैंने सरूप चुकाओ महाराज, तो फिर सारा थुक नाल तो लिबड़ी होंगी दस्तार। हाँ भी गल तो ठीक है, उन्हां टाइमां दीआं संगतां नूं काफ़ी कुछ दस्या, तुसीं आह नहीं करना, तुसीं इदां नहीं करना। कई बारी असी गलती अणजाणे ही कर जाने, रब सोहना केसी इशनान किया अपना ग्रीस ਵਿੱਚ, ਏਥਨ ਸ਼ਹਿਰ ਦਾ ਗੁਰੂ ਘਰ ਹੈ, ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਰੋਜ਼ ਕੇਸੀ ਨਹਾ ਕੇ ਆਉਂਦੇ, ਪ੍ਰਬੰਧਕ ਵੀ ਗ੍ਰੰਥੀ ਵੀ। ਇੱਕ ਦਿਨ ਉਹ ਗ੍ਰੰਥੀ ਸਿੰਘ ਕੇਸੀ ਦਾ ਨਹਾਤਾ, ਪਤਾ ਨਹੀਂ ਦੂਜਾ ਸਿੰਘ ਸੀ, ਲੱਤਾਂ ਦੇ ਉੱਤੇ ਨੀਲ ਪਏ ਹੋਏ, ਜਦੋਂ ਬਾਹਰੋਂ ਸੁੱਖ ਆਸਣ ਤੋਂ ਆਇਆ, ਮੈਂ ਕੀ ਹੋਇਆ, ਕਹਿੰਦਾ ਕੁੱਟ ਬੜੀ ਪਈ ਅੰਦਰ, ਲੱਤਾਂ ਨੀਲੀਆਂ ਕਰਤੀਆਂ। ਕਹਿੰਦੇ ਓਏ ਮਰਿਆਦਾ, ਆ ਕੇਸੀ ਨਹਾ ਕੇ ਆਇਆ, ਜੇ ਚਲਾ ਲਓ ਤਾਂ, ਪਰ ਬਖਸ਼ਿਸ਼ ਵੀ ਬੜੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਵਾ ਹੈ ਜ਼ਰੂਰ ਕਰੋ, ਪਰ ਪਵਿੱਤਰਤਾ ਬਹੁਤ ਮੰਗਦੇ ਨੇ, ਆਪਣੇ ਆਪ ਨੂੰ ਪਵਿੱਤਰ ਰੱਖ ਕੇ ਸੇਵਾ ਕਰੋ, ਔਰ ਪਰਕਰਮਾਂ ਦਾ ਬਹੁਤ ਲਾਭ ਹੈ। ਜਦੋਂ ਆਪਾਂ ਚਾਰ ਲਾਵਾਂ ਪੜ੍ਹਦੇ ਹਾਂ, ਜੋੜੀ ਜਿਹੜੀ ਹੁੰਦੀ ਹੈ ਉਹ ਪਰਕਰਮਾ ਕਰਦੀ, ਪਹਿਲੀ ਲਾਮ, ਦੂਸਰੀ ਲਾਮ, ਤੀਸਰੀ, ਚੌਥੀ ਲਾਮ, ਜੋੜੀ ਨੇ ਪਰਕਰਮਾ ਕੀਤੀ ਹੈ, ਕਹਿੰਦੇ ਵਿਆਹ ਵਿਆਹ ਹੋਇਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਪਰ ਅਸਲ ਵਿੱਚ ਵਿਆਹ ਹੁੰਦਾ ਆਪਣੀ ਆਤਮਾ ਦਾ ਅਤੇ ਸਤਿਗੁਰੂ ਜੀ ਦਾ। ਆਪਾਂ ਜੀਵ ਰੂਪ ਇਸਤਰੀ ਹਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਤੀ ਰੂਪ ਨੇ, ਇਹ ਵਿਆਹ ਰੋਜ਼ ਕਰੋ, ਮੱਥਾ ਟੇਕ ਕੇ ਗੁਰੂ ਕਰਦੇ ਨੇ ਖਾਲੀ ਹੁੰਦੇ। ਜੇ ਕਈਆਂ ਨੂੰ ਸੰਗਤ ਵਿੱਚ ਸੰਗ ਲੱਗਦੀ ਆ, ਆਓ ਦਿਨੇ ਖਾਲੀ ਟਾਈਮ 'ਤੇ ਆਓ, ਮੱਥਾ ਟੇਕ ਕੇ ਇੱਕ ਪਰਕਰਮਾ ਕਰੋ, ਫਿਰ ਮੱਥਾ ਟੇਕ ਕੇ ਫਿਰ ਦੂਜੀ ਕਰੋ,
पंज परिक्रमा गुरु ग्रंथ साहिब दीआं करी जाओ, 11 करी जाओ। मैनूं याद आ गया किसी महापुरख नूं पिछे जे बचन कीता, काफ़ी उच्चे अवस्था दे पर वह गल गुल घट करदे किसी नाल, क्योंकि वह अधिकारी बंदे नाल ही गल करदे, दूजे नूं मोड़ दिंदे आ। ਇਹ ਕਿਹਾ ਵੀ ਹੁਣ ਆਹ ਸਾਡੇ ਕੋਲ ਬਹੁਤ ਸੰਗਤ ਆ ਜਾਂਦੀ, ਇਹਨੂੰ ਪ੍ਰੋਬਲਮਾਂ ਬੜੀਆਂ ਲੈ ਕੇ ਆਉਂਦੀ ਵੀ। ਕਹਿੰਦੇ ਕੋਈ ਪ੍ਰੋਬਲਮ ਵੀ ਹੋਵੇ ਨਾ, ਇਹਨਾਂ ਨੂੰ ਕਹਿ ਦਿਆ ਕਰੋ। ਉਹਨਾਂ ਨੇ ਜਿਵੇਂ ਮੈਨੂੰ ਦੱਸਿਆ, ਕਹਿੰਦੇ ਸਵਾ ਕੁ ਮਹੀਨਾ ਨਾ 40 ਦਿਨ ਲਗਾਤਾਰ 11 ਵਾਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਪਰਿਕਰਮਾ ਕਰ ਲਓ, ਉਹਦਾ ਕੋਈ ਵੀ ਪ੍ਰੋਬਲਮ ਹੈ ਹੱਲ ਹੋ ਜਾਊਗੀ। ਕਿਉਂਕਿ ਉਹ ਮਹਾਰਾਜ ਨਾਲ ਇੱਕ ਮਿੱਕ ਪਿਆਰੇ ਜਿਹੜੇ ਹੁੰਦੇ ਨੇ, ਐਨ ਜੁੜੇ ਹੋਏ, ਲੀਨ ਰਹਿੰਦੇ ਸਮਾਧੀ। ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਸਾਂ ਹੀ ਅੱਖ ਖੋਲਦੇ ਹਾਂ, ਫਿਰ ਬੰਦ ਕਰ ਲੈਂਦੇ ਹਾਂ। ਉਹਨਾਂ ਤੋਂ ਅਸੀਂ ਬਹੁਤ ਚੀਜ਼ਾਂ ਸਿੱਖ ਲੈਂਦੇ ਮਹਾਂਪੁਰਖਾਂ ਤੋਂ। ਮੈਂ ਫਿਰ ਇਹ ਪ੍ਰੈਕਟੀਕਲ ਕਰਕੇ ਦੇਖਦਾ, ਫਿਰ ਮੈਂ ਤੁਹਾਨੂੰ ਕਿ ਪ੍ਰੈਕਟੀਕਲ ਕਰਨ ਤੋਂ ਬਾਅਦ ਚੀਜ਼ ਦੱਸਦਾ, ਪਹਿਲਾਂ ਨਹੀਂ ਦੱਸਦਾ। ਮੈਂ ਪ੍ਰੈਕਟੀਕਲ ਕੀਤਾ, ਕਈ ਵਾਰ ਹਜ਼ੂਰ ਸਾਹਿਬ ਵੀ ਕੀਤਾ ਜਾ ਕੇ। ਕਈ ਕਹਿੰਦੇ ਮੈਂ ਬਿਮਾਰ ਬਹੁਤ ਰਹਿੰਦਾ, ਕੋਈ ਕਹਿੰਦੇ ਮੈਨੂੰ ਆਹ ਕਸਰ ਆ, ਕੋਈ ਕਹਿੰਦੇ ਸਾਡਾ ਆਹ ਨਹੀਂ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਨੀ ਸਾਰਿਆਂ ਨੇ ਹੀ ਛੜਤੀ ਦੇਖਿਆ ਦੇਖੀ, ਕਿਉਂਕਿ ਉਹ ਬੰਦੇ ਸਾਡੇ 'ਚ ਐਂਟਰ ਕਰ ਗਏ ਜਿਹੜੇ ਬੰਦੇ ਸੀ, ਇੱਕ ਤਾਂ ਨੋਨ ਪ੍ਰੈਕਟੀਕਲ ਜੇ ਸੀਗੇ ਪਹਿਲਾਂ, ਇੱਕ ਉਹ ਬੰਦੇ ਆ ਗਏ ਜਿਹਨੂੰ ਇਹ ਪਤਾ ਲੱਗ ਗਿਆ ਵੀ ਸਿੱਖ ਕੌਮ ਵਿੱਚ ਜਿਹੜੀਆਂ ਚੀਜ਼ਾਂ ਫਾਇਦੇ ਵਾਲੀਆਂ ਨੇ, ਇਹ ਕੌਮ ਤਰੱਕੀ ਨਾ ਕਰ ਜੇ, ਇਹ ਚੀਜ਼ਾਂ ਇਹਨਾਂ ਨੂੰ ਹਟਾਓ। ਜਿਹੜੇ ਸਾਡੇ ਵਿਰੋਧੀ ਹੈ ਕੌਮ ਦੇ, ਉਹ ਇਹ ਚੀਜ਼ਾਂ ਨੂੰ ਨੋਟ ਕਰਦੇ ਰਹਿੰਦੇ ਨੇ ਵੀ ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਤੋਂ ਫਾਇਦਾ, ਅਤੇ ਇਹਨਾਂ ਦੇ ਦਿਮਾਗ ਵਿੱਚ ਇਹੋ ਜਿਹੀ ਗੱਲ ਪਾ ਦਿਉ, ਇਹ ਲਓ ਜੀ ਇਹ ਤਾਂ ਐਵੇਂ ਮਨ ਮੱਤ ਹੈ ਜੀ, ਇਹਦਾ ਕੀ ਫਾਇਦਾ, ਆ ਇਹਦਾ ਕੀ ਫਾਇਦਾ, ਮਨ ਮੱਤ ਹੈ ਜੀ, ਇਹਦਾ ਕੀ ਫਾਇਦਾ, ਮਨ ਮੱਤ ਹੈ। ਉਹ ਜਿਹੜੀ ਮਰਜ਼ੀ ਗੱਲ ਕਰ ਲਓ, ਉਸੇ ਨੂੰ ਮਨ ਮੱਤ ਮਨ ਮੱਤ, ਕਿਉਂਕਿ ਜਦੋਂ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ ਨਾ, ਉਹ ਇੱਕ ਥਾਂ ਵੱਖਰਾ ਟ੍ਰੇਨਿੰਗ ਵਾਲਾ, ਉੱਥੇ ਉਹਨਾਂ ਨੂੰ ਸਿਖਾਇਆ ਵੀ ਸੰਤਾਂ ਦੀ ਨਿੰਦਾ ਹੀ ਕਰੀ ਜਾਣੀ ਬਸ। ਉਹ ਇੱਕ ਬੰਦੇ ਨੇ, ਉਹ ਬੰਦਾ ਨਾ ਉਹਨਾਂ 'ਚ ਉੱਖੜ ਗਿਆ ਸੀ ਥੋੜ੍ਹਾ ਜਿਹਾ, ਉਹ ਦਾੜੀ ਕੇਸ ਬਣਾਏ ਹੋਏ ਨੇ, ਹੈ ਕਥਾ ਵਾਚਕ ਹੀ ਹੈ, ਚਟਮ ਕਰੀ ਫਿਰਦਾ ਸਾਰਾ ਕੁਛ, ਕਹਿ ਛੱਡੋ ਜੀ ਪਰੇ ਨਿਰਾ ਗਾਂਧੀ ਇੱਥੇ ਤਾਂ। ਉਹ ਬੰਦੇ ਨੇ ਇਹਨਾਂ ਦੇ ਕੁਛ ਕੁਛ, ਕਈ ਬੰਦੇ ਇਹਨਾਂ ਦੇ ਭੇਦ ਖੋਲ ਦਿੰਦੇ ਵੀ ਸਾਨੂੰ ਕੀ ਸਿਖਾਉਂਦੇ ਆ ਉੱਥੇ। ਜਿਹੜਾ ਸਿਖਾਉਣ ਵਾਲਾ ਬੰਦਾ, ਉਹ ਕਹਿੰਦਾ ਜੋ ਮਰਜ਼ੀ ਭਾਵੇਂ ਬ੍ਰਹਮ ਗਿਆਨੀ ਵੀ ਖੜ ਜੇ, ਤੂੰ ਨਿੰਦਾ ਕਰੀ, ਤੂੰ ਕਹਿਣਾ ਮਾੜੇ ਹੀ ਹੁੰਦੇ, ਇਹ ਮਾੜੇ ਹੀ ਹੁੰਦੇ, ਮਗਰੀ ਪੈ ਜਾਂਦੇ। ਉਹੀ ਚੀਜ਼ ਇਹਨਾਂ ਨੂੰ ਸਿਖਾਈ ਜਾਂਦੀ ਆ ਵੀ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਮਰਿਆਦਾ ਤੋਂ, ਕਿਉਂਕਿ ਮੈਂ ਇਸ ਲਾਈਨ ਵਿੱਚ ਬੜੇ ਸਾਲਾਂ ਤੋਂ, 38 ਸਾਲ ਹੋ ਗਏ ਮੈਨੂੰ, 74 ਤੋਂ ਲੈ ਕੇ ਮੈਂ ਚੱਲਿਆ ਮੈਨੂੰ, ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਵਿੱਚੋਂ ਲੰਘੇ ਹੋਣ ਕਰਕੇ ਪਤਾ ਪੁੱਤ ਤੂੰ ਆਹ ਸ਼ਰਾਰਤ ਕਰ ਰਿਹਾ। ਇਹਨਾਂ ਨੇ ਅੱਖਰ ਵੀ ਬਦਲੇ ਆ, ਇਹਨਾਂ ਨੇ ਜਿਹੜਾ ਅੱਖਰ, ਇੱਕ ਚੀਜ਼ ਹੁੰਦੀ ਹੈ ਮੇਨ ਟੱਕਰ ਟਕਸਾਲ ਨਾਲ ਹੈ। ਟਕਸਾਲ ਇੱਕ ਇਹੋ ਜਿਹੀ ਜਮਾਤ ਹੈ ਜਿਹੜੀ ਬਾਬਾ ਦੀਪ ਸਿੰਘ ਨੇ ਸੀਸ ਦਿੱਤਾ, ਬਾਬਾ ਗੁਰਬਖਸ਼ ਸਿੰਘ ਨੇ ਸੀਸ ਦਿੱਤਾ, ਬਾਬਾ ਜਰਨੈਲ ਸਿੰਘ ਜੀ, ਹੋਰ ਸਾਰੇ ਸਿੰਘਾਂ ਨੇ ਆਪਣੇ ਕਰਮ ਕੀਤੇ। ਇਹ ਸ਼ੁਰੂ ਤੋਂ ਲੈ ਕੇ ਜੈਤੋ ਦਾ ਜਦ ਮੋਰਚਾ ਲੱਗਿਆ ਬਾਬਾ ਸੁੰਦਰ ਸਿੰਘ ਜੀ ਭਿੰਡਾਂ ਵਾਲੇ ਜਿਹੜੇ ਵੱਡੇ ਸੀ ਬਾਬਾ ਗੁਰਬਚਨ ਸਿੰਘ ਖਾਲਸਾ ਤੋਂ, ਇਹ ਪੰਥ ਦੀ ਪਹਿਰੇਦਾਰ ਜਮਾਤ ਹੈ, ਪਹਿਰਾ ਕਰਦੀ ਹੈ। ਅਗਲਾ ਕਹਿੰਦਾ ਇਹਨਾਂ ਨੂੰ ਪਹਿਲਾਂ ਸਿੱਟੋ, ਤਾਂ ਇੰਨੇ ਔਖੇ ਹੋ ਜਾਂਦੇ ਨੇ। ਪਹਿਲਾਂ ਕਹਿਣਗੇ ਜਿਹੜੇ ਜਿਹੜੇ ਅੱਖਰ ਅਸੀਂ ਵਰਤਦੇ ਹਾਂ ਨਾ ਟਕਸਾਲ 'ਚ, ਬੋਲਣ ਵਿੱਚ ਵੀ, ਹੋਰ ਵੀ ਅਰਥਾਂ ਵਿੱਚ ਵੀ, ਅਸੀਂ ਕਹਿੰਦੇ ਦੇਹੀ ਗਿਰਜ ਨਾ ਖਾਈਏ, ਕਹਿੰਦੇ ਦੇਹੀ ਗਿਰਜਨ ਖਾਈ, ਇਹ ਉਲਟ ਕਰਦੇ ਹੋ ਪਾਠ ਨੂੰ। ਜਿੰਨੇ ਪਾਠ ਟਕਸਾਲ ਦੇ ਸਾਰੇ ਉਲਟ, ਜਿੰਨੀ ਬੋਲੀ ਆ ਅਸੀਂ ਕਹਿੰਦੇ ਆਓ ਗੁਰਮੁਖੋ ਪਿਆਰਿਓ, ਇਹਨਾਂ ਨੇ ਫਿਰ ਹੋਰ ਅੱਖਰ ਵਰਤ ਲਿਆ ਜੇਕਰ, ਜੋ ਅੱਖਰ ਤਾਂ ਠੀਕ ਆ ਉਹ, ਪਰ ਉਹਦੀ ਟਕਸਾਲ ਦੀ ਹੋਂਦ ਨੂੰ ਹੀ ਮੁਕਾਤਾ, ਬਿਲਕੁਲ ਹੋਂਦ ਮੁਕਾਤੀ ਉਹਦੀ, ਸਾਰੀਆਂ ਚੀਜ਼ਾਂ ਹੀ ਚੇਂਜ ਕਰਤੀਆਂ। ਦੇਖ ਤਾਂ ਅਸੀਂ ਵੀ ਰਹੇ ਹਾਂ ਵੀ ਇਹ ਕੰਮ ਖਰਾਬ ਹੈ ਬੜਾ, ਕਿਉਂਕਿ ਉਹਨਾਂ ਕੋਲ ਪਾਵਰ ਹੈ, ਪੈਸਾ, ਬੰਦੇ ਬੜੇ ਨੇ, ਪੇਡ ਬੰਦੇ ਸਾਰੇ ਪੈਸਿਆਂ ਵਾਲੇ, ਫਿਰ ਦਿੰਦੇ ਵੀ ਬਹੁਤ ਪੈਸਾ ਉਹਨਾਂ ਨੂੰ, ਮੈਂ ਨੋਟ ਕਰਦਾ। ਪਰ ਚਲੋ ਅਸੀਂ ਕਹਿੰਦੇ ਕੋਈ ਗੱਲ ਨਹੀਂ, ਇਹ ਪਤਾ ਨਹੀਂ ਕਰਮ ਹੀ ਹਜੇ ਆ ਜਾਂ ਕਿਵੇਂ ਆ ਜਾਂ ਕੋਈ ਸਮਾਂ ਹੀ ਇੱਦਾਂ ਦਾ ਆ ਗਿਆ, ਸਾਰਾ ਕੁਛ ਪਲਟਾ ਕੇ ਮਾਰਿਆ ਚੱਕ ਕੇ। ਨਿਤਨੇਮ ਵਿੱਚ ਵੀ ਅਦਲਾ ਬਦਲੀ, ਉਹ 'ਚ ਵੀ ਅਦਲਾ ਬਦਲੀ, ਉਹ ਵਾਰ ਵਾਰ ਉਹੀ ਚੀਜ਼ ਮੈਂ ਕਹਿੰਦਾ ਕਾਹਨੂੰ ਵਾਰ ਵਾਰ ਕਹਿਣੀ ਹੈ, ਹਰੇਕ ਚੀਜ਼ ਦੇ 'ਚ ਅਦਲਾ ਬਦਲੀ ਕਰਤੀ। ਪਰ ਸਾਧ ਸੰਗਤ ਨੁਕਸਾਨ ਤਾਂ ਤੁਹਾਨੂੰ ਹੋਣਾ, ਉਹਨਾਂ ਨੇ ਤਾਂ ਪਾਸੇ ਹੋ ਜਾਣਾ, ਉਹਨਾਂ ਨੇ ਕਰ ਕਰਾ ਕੇ ਪਾਸੇ ਹੋ ਜਾਣਾ, ਨੁਕਸਾਨ ਤੁਹਾਨੂੰ ਹੋਣਾ ਜਦ ਤੁਸੀਂ ਅੱਗੇ ਜਾ ਕੇ ਖੜਨਾ ਉੱਥੇ।
ਤੁਸੀਂ ਕਹੋਗੇ ਸੱਚਖੰਡ ਦਾ ਦਰਵਾਜ਼ਾ ਨਹੀਂ ਖੁੱਲਦਾ, ਦਰਵਾਜ਼ਾ ਖੁੱਲਣਾ ਕਿੱਦਾਂ? ਕਿਉਂਕਿ ਉੱਥੇ ਪੂਰਾ ਨਹੀਂ ਹੈ ਕਰਮ। ਜਿਹੜਾ ਬਚਨ 1699 ਚ ਅੰਮ੍ਰਿਤ ਛਕਾਉਣ ਤੋਂ ਬਾਅਦ ਪ੍ਰਚਾਰ ਦਸਵੇਂ ਪਾਤਸ਼ਾਹ ਨੇ ਕੀਤਾ ਸੀ, 1704 ਵਿੱਚ ਇਹ ਕਥਾ ਕੀਤੀ ਸੀ ਸਾਰੀ ਲੜੀਵਾਰ, 1708 ਵਿੱਚ ਜੋਤੀ ਜੋਤ ਸਮਾਉਣ ਵੇਲੇ ਜੋ ਪ੍ਰਚਾਰ ਕੀਤਾ ਸੀ, ਅਸਲ ਤਾਂ ਮਰਿਆਦਾ ਉਹੀ ਸੀ ਨਾ, ਰਹਿਤ ਮਰਿਆਦਾ। 1708 ਤੋਂ ਬਾਅਦ ਫਿਰ 1800 ਆਇਆ, ਫਿਰ 1900 ਆਇਆ, ਫਿਰ 1932 'ਚ ਤਬਦੀਲ ਕੀਤੀ। ਉਹ 232 ਸਾਲ ਵਿੱਚ ਜਿੰਨੇ ਗੁਰਸਿੱਖ ਹੋਏ ਸਾਰੇ ਕਮਲਈ ਹੋਣੇ ਮੇਰਾ ਗੱਲ, ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਹੀਂ ਸੀ ਪਤਾ, ਇਹ ਤਾਂ ਇਹਨਾਂ ਨੇ ਨਵੀਂ ਆ ਕੇ ਸ਼ੁਰੂ ਕੀਤੀ। ਉਲਟਾ ਸਾਨੂੰ ਕਹਿੰਦੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਹੀਂ ਮੰਨਦੇ, ਅਸੀਂ ਤਾਂ ਪਹਿਲਾਂ ਦੇ ਹੀ ਮੰਨੀ ਜਾਂਦੇ, ਇਹ ਤੁਸੀਂ ਚੇਂਜ ਕਿਉਂ ਕੀਤੀ? ਹੁਣ ਆਪਣੇ ਸਾਹਮਣੇ ਹੀ ਜਿਹੜੇ ਜ਼ਿਆਦਾ ਮੁਖੀ ਬੰਦੇ ਬੈਠੇ ਆ ਪੰਥ ਵਿੱਚ, ਉੱਪਰਲੀਆਂ ਪੱਧਰਾਂ 'ਤੇ ਬੈਠੇ ਨੇ, ਆਪਾਂ ਕਹਿਣ ਲੈ ਜੀ ਉਹ ਤਾਂ ਵਿਚਾਰਾ ਉਵੇਂ ਬਿਠਾਇਆ ਰਬੜ ਦੀ ਮੋਹਰ ਹੀ ਆ, ਪਿੱਛੋਂ ਜੋ ਕਹਿੰਦੇ ਉਵੇਂ ਕਰਦੇ। ਕੀ ਦੂਜੇ ਨਹੀਂ ਰਬੜ ਦੀ ਮੋਹਰ? ਸਾਰੇ SGPC ਵੀ ਤਾਂ ਰਬੜ ਦੀ ਮੋਹਰ ਹੀ ਆ। ਉਹਨਾਂ ਨੂੰ ਜਿਵੇਂ ਉਹਨਾਂ ਦੇ ਆਕਿਆਂ ਨੇ ਪਿੱਛੋਂ ਸਮਝਾਇਆ ਸੀ ਐਂ ਕਰਨਾ, ਉਹ ਵੀ ਤਾਂ ਕਹੇ ਹੋਏ ਇਲਾਕੇ ਪਿੱਛੋਂ ਚੱਲਦੇ ਨੇ। ਕਿਉਂਕਿ ਇਹ ਨਹੀਂ ਕਿ ਮੈਂ ਨਹੀਂ ਰਿਹਾ, 25 ਸਾਲ ਮੈਂ ਵੀ ਸ਼੍ਰੋਮਣੀ ਕਮੇਟੀ ਨੌਕਰੀ ਕੀਤੀ ਆ, ਮੈਂ ਹਰੇਕ ਚੀਜ਼ ਨੂੰ ਵਾਚਿਆ ਦੇਖਿਆ, ਕਈ ਵਾਰ ਚਿੱਤ ਕਰਦਾ ਹੁਣ ਸਾਰਾ ਕੁਛ ਸੁਣਾਈਏ ਸੰਗਤ ਨੂੰ, ਅੱਗੇ ਫੈਸਲਾ ਤੁਹਾਡੇ ਆ। ਇਹ ਤੁਸੀਂ ਤਖ਼ਤ ਹੋ ਸੰਗਤ ਨੂੰ ਮਹਾਰਾਜ ਕਹਿ ਸੱਚਾ ਤਖ਼ਤ ਰਚਾਇਆ ਸਤਸੰਗਤ ਮੇਲਾ, ਇਹ ਸਤਿਗੁਰੂ ਮਹਾਰਾਜ ਨੇ ਹੁਣ ਤੁਹਾਨੂੰ ਬਿਠਾਇਆ ਵੀ ਤੁਸੀਂ ਆਪ ਅੰਦਾਜ਼ਾ ਲਾ ਲੈਣਾ ਵੀ ਆਹ ਚੀਜ਼ ਵਿੱਚ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੈ। ਨਿਰਪੱਖ ਹੋ ਕੇ ਬੇਸ਼ੱਕ ਇਹਦੀ ਜਾਂਚ ਪੜਤਾਲ ਚੰਗੀ ਤਰ੍ਹਾਂ ਕਰ ਲਓ ਹਰ ਗੱਲ ਦੀ, ਇਹ ਗੱਲ ਨੂੰ ਘੁਮਾ ਫਰਾ ਕੇ ਹਰੇਕ ਗੱਲ 'ਚ। ਮੈਂ ਇੱਕ ਦਿਨ ਹੁਣ ਮੇਰੇ ਮਨ 'ਚ ਗੱਲ ਆਈ, ਕਹਿੰਦੇ ਇਹ ਪੰਥਕ ਮਰਿਆਦਾ ਇਹ ਸਾਰੇ ਪੰਥ ਨੇ ਬਣਾਈ ਆ ਉੱਥੇ, ਮੈਂ ਠੀਕ ਹੈ ਚਲੋ, ਮੈਂ ਕਿਹਾ ਫਿਰ ਹਜ਼ੂਰ ਸਾਹਿਬ ਵਾਲੇ ਕਿਉਂ ਨਹੀਂ ਮੰਨਦੇ ਇਹਨੂੰ, ਪਟਨਾ ਸਾਹਿਬ ਵਾਲੇ ਕਿਉਂ ਨਹੀਂ ਮੰਨਦੇ? ਬੁੱਢਾ ਦਲ ਹੈ, ਤਰਨਾ ਦਲ ਹੈ, ਰਾੜੇ ਵਾਲੇ, ਕਲੇਰਾਂ ਵਾਲੇ ਹੈ, ਭਿੰਡਰਾਂ ਵਾਲੇ ਹੈ, ਹੋਰ ਸਾਰੇ ਬਾਬਾ ਜਵਾਲਾ ਸਿੰਘ ਦੀ ਸੰਪਰਦਾ, ਹੋਰ ਜਵਾਲਾ, ਸਾਰੀਆਂ ਸੰਪਰਦਾਵਾਂ ਹੀ ਇੱਕ ਪਾਸੇ, ਸਾਰੇ ਹੀ ਇੱਕ ਪਾਸੇ, ਫਿਰ ਉਹ ਕਿਉਂ ਨਹੀਂ ਮੰਨਦੇ? ਇਹ ਚੀਜ਼ ਦੇਖਣ ਵਾਲੀ ਹੁੰਦੀ ਆ ਕਿ ਆਪਾਂ ਜੇ ਇਹ ਚੀਜ਼ ਨੂੰ ਘਟਾਵਾਂਗੇ ਲਾਭ ਨਹੀਂ ਹੋਣਾ ਆਪਾਂ ਨੂੰ। ਫਿਰ ਉਸ 'ਤੇ ਦੁਬਾਰਾ ਮੈਂ ਕਹਿੰਦਾ ਇੱਕ ਵਾਰ ਜੇ ਰੌਲਾ ਪੈਂਦਾ ਇਸ ਗੱਲ ਦਾ, ਦੁਬਾਰਾ ਬਿਠਾ ਕੇ ਸਾਰਿਆਂ ਨੂੰ ਦੁਬਾਰਾ ਇਹ ਫੈਸਲੇ ਲੈਣੇ ਚਾਹੀਦੇ ਆ ਸਹੀ ਢੰਗ ਨਾਲ, ਜਿਹਦਾ ਸਾਡੀ ਏਕਤਾ ਹੋਵੇ ਆਪਸ ਵਿੱਚ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਉਹੀ ਚੀਜ਼ ਸਮਝਾਉਂਦੇ ਨੇ, ਸਦਾ ਸਦਾ ਇਹੋ ਭੁੱਲਣ ਹਾਰ। ਇਹ ਜੀਵ ਸਦਾ ਸਦਾ ਹੀ ਰੋਜ਼ ਹੀ ਭੁੱਲਦਾ ਵਿਚਾਰਾ, ਭੁੱਲਣ ਹਾਰ ਹੈ ਆਪਣੇ ਵਿੱਚ। ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਭੁੱਲਣ ਹਾਰ ਨਹੀਂ, ਮੈਂ ਆਪ ਭੁੱਲਣ ਹਾਰ, ਤੁਸੀਂ ਵੀ ਭੁੱਲਣ ਹਾਰ ਹੋ। ਕਿਉਂਕਿ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ। ਮਹਾਰਾਜ ਕਹਿੰਦੇ ਨੇ ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦਾ ਮਾਰਗ ਪਾਏ। ਭੁੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰਵਟ ਭਾਗੀ ਪਾਇਆ। ਅੱਜ ਮੇਰੀਆਂ ਕਈਆਂ ਗੱਲਾਂ ਬੇਸ਼ੱਕ ਤੁਹਾਨੂੰ ਕਈਆਂ ਨੂੰ ਬੁਰੀਆਂ ਵੀ ਲੱਗਣਗੀਆਂ, ਕਈ ਕਹਿਣਗੇ ਐਂ ਬੋਲਦਾ ਐਂ ਬੋਲਦਾ, ਪਰ ਮੈਂ ਇੱਕ ਗੱਲ ਕਹਿਣਾ, ਅੱਜ ਤੋਂ ਇਹ ਗੱਲਾਂ ਸਾਰੀਆਂ ਲਿਖ ਲਓ, ਅੱਜ ਤੋਂ ਤੁਹਾਨੂੰ 10 ਸਾਲਾਂ ਨੂੰ ਜਾ ਕੇ ਸਮਝ ਲੱਗਣਗੀਆਂ। ਤੁਸੀਂ 10 ਸਾਲਾਂ ਨੂੰ ਜਾਂ ਜਦੋਂ ਆਪਾਂ ਸਰੀਰ ਛੱਡਾਂਗੇ ਉਦੋਂ ਬਾਅਦ ਤੁਹਾਨੂੰ ਪਤਾ ਲੱਗੂ ਵੀ ਉਹ ਅਸੀਂ ਤਾਂ ਬੜੀ ਗਲਤੀ ਕਰਿਆ, ਫਿਰ ਕੋਈ ਬਣਦਾ ਨਹੀਂ। ਕਿਉਂਕਿ ਸੱਚ ਬੋਲਣ ਲਈ ਬਹੁਤ ਔਖਾ ਹੁੰਦਾ, ਸੱਚਾਈ ਨੂੰ ਮੂਹਰੇ ਲਿਆਉਣਾ ਬਹੁਤ ਔਖਾ ਹੁੰਦਾ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਇਹ ਨਾਨਕ ਰੱਖਣ ਹਾਰ ਅਪਾਰ। ਗੁਰੂ ਸਾਹਿਬ ਕਹਿੰਦੇ ਉਹ ਅਪਾਰ ਬੇਅੰਤ ਵਾਹਿਗੁਰੂ ਆਪ ਹੀ ਇਹਦੀ ਰੱਖਿਆ ਕਰਨ ਵਾਲਾ ਹੈ। ਅਸੀਂ ਤਾਂ ਕਹਿੰਦੇ ਮਹਾਰਾਜ ਇਹ ਸਮੱਤ ਬਖਸ਼ ਦਿਓ, ਇਹ ਕੀ ਹੋ ਰਿਹਾ ਹੁਣ, ਜਾਂ ਤਾਂ ਤੁਸੀਂ ਸਾਨੂੰ ਇੱਧਰ ਵਾੜਦੇ ਹੀ ਨਾ। ਜਦੋਂ ਅਸੀਂ ਸਾਰਾ ਕੁਛ ਦੇਖ ਲਿਆ, ਕਮਾ ਲਿਆ, ਸਭ ਕਰ ਲਿਆ, ਤਾਂ ਇਹ ਕੀ ਹੋ ਰਿਹਾ ਇਸ ਵਕਤ? ਤਾਂ ਉਸ ਵਕਤ ਭਾਣੇ ਦੀ ਹਦਾਇਤ ਹੁੰਦੀ, ਭਾਣੇ 'ਚ ਰਹੋ, ਭਾਣੇ 'ਚ ਰਹੋ, ਹਲੇ ਭਾਣਾ ਹੈ ਸੱਤ ਬਚਨ ਜੀ, ਭਾਣੇ 'ਚ ਰਹਿੰਦੇ ਹਾਂ ਮਹਾਰਾਜ, ਅਸੀਂ ਕਰ ਵੀ ਕੀ ਸਕਦੇ, ਸਾਡਾ ਜ਼ੋਰ ਵੀ ਕੀ ਹੈ ਫਿਰ? ਸੱਚਾਈ ਹੈ ਤਾਂ, ਜੇ ਆਪਾਂ ਗਲਤ ਹੋਏ, ਮੈਂ ਵੀ ਪ੍ਰਲੋਕ ਨੂੰ ਜਾਣਾ ਮਰ ਕੇ, ਮੈਂ ਵੀ ਮਹਾਰਾਜ ਹਜ਼ੂਰੀ 'ਚ ਬੈਠਾ, ਮੈਂ ਵੀ ਇੱਕ ਦਿਨ ਰੱਬ ਨੂੰ ਲੇਖਾ ਦੇਣਾ, ਜਾਨ ਦੇਣੀ ਆ, ਕੀ ਮੈਂ ਨਰਕਾਂ ਨੂੰ ਜਾਣਾ ਚਾਹੁੰਦਾ? ਮੈਂ ਵੀ ਕਹਿੰਦਾ ਮਹਾਰਾਜ ਸੱਚਖੰਡ ਲੈ ਕੇ ਜਾਣ ਮੈਨੂੰ। ਕਈ ਕਹਿੰਦੇ ਅਸੀਂ ਪੜ੍ਹੇ ਲਿਖੇ ਹਾਂ, ਸਾਡਾ ਸਾਰਾ ਹੀ ਟੱਬਰ ਬਹੁਤ ਪੜ੍ਹਿਆ ਲਿਖਿਆ। ਜਿਵੇਂ ਆਪਣਾ ਫਾਦਰ ਮੇਰੇ ਫਿਲੋਸਫਰ ਹੈ, ਉਹ ਬਹੁਤ ਡੂੰਘੇ ਫਿਲੋਸਫਰ ਨੇ,
ਕੁਦਰਤੀ ਗੱਲ ਹੁੰਦੀ, ਫਿਰ ਨਿਆਣੇ ਵੀ ਉਹੋ ਜਿਹੇ ਹੁੰਦੇ ਅੱਗੇ, ਉਹ ਫਿਲਾਸਫਰ ਹੋਣ ਕਰਕੇ ਇੰਨੀ ਡੂੰਘਾਈ ਚਲੇ ਜਾਂਦੇ ਨੇ। ਅਤੇ ਇਸ ਕਰਕੇ ਅਸੀਂ ਉਸ ਚੀਜ਼ ਲੈਂਦੇ ਹਾਂ। ਨਾਲੇ ਮੇਰਾ ਇੱਕ ਚੀਜ਼ ਆ, ਮੇਰਾ ਕਿਸੇ ਨਾਲ ਵੈਰ ਨਹੀਂ ਗਾ, ਮੇਰੇ ਮਨ 'ਚ ਕਦੇ ਨਹੀਂ ਆਇਆ ਮਾੜਾ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾੜੇ ਨੇ, ਉਹ ਮਾੜੇ ਨੇ, ਚੰਗੇ ਨੇ ਸਾਰੇ, ਸਾਰਾ ਆਪਣਾ ਪੰਥ ਹੈ, ਆਪਣੇ ਭੈਣ ਭਰਾ ਨੇ, ਸਾਰੇ ਜਥੇਬੰਦੀਆਂ, ਆਪਾਂ ਇੱਕ ਹਾਂ, ਸਭ ਕੋਈ ਇੱਕ ਹਾਂ ਆਪਾਂ। ਪਰ ਜਦੋਂ ਕੋਈ ਵੀਰ ਭੈਣ ਭਰਾ ਗਲਤ ਰਾਹ ਜਾਂਦਾ, ਇੱਕ ਦੋ ਤਿੰਨ ਵਾਰੀ ਸਾਡਾ ਕਹਿਣਾ ਫਰਜ਼ ਹੈ, ਵੀਰ ਜੀ ਗਲਤ ਜਾ ਰਹੇ ਹੋ, ਇਹ ਠੀਕ ਨਹੀਂ ਹੈਗਾ। ਅੱਗੇ ਉਹਨਾਂ ਦੀ ਖੁਸ਼ੀ ਵੀਰ ਜੀ ਦੀ, ਵੀ ਉਹ ਕੀ ਕਰਦੇ ਨੇ ਹੁਣ। ਅੱਜ ਤੋਂ ਜੇ 10 ਸਾਲਾਂ ਨੂੰ ਵੀਰ ਜੀ ਸਮਝ ਕੇ ਮੁੜੇ ਆਏ ਵੀ ਮੈਥੋਂ ਗਲਤੀ ਹੋ ਗਈ, ਫਿਰ ਉਹਦਾ ਕੀ ਇਲਾਜ ਆ? ਪਿਛਲੀ ਕੀਤੀ ਸਾਰੀ ਗਈ ਨਾ, ਕੀਤੀ ਕਮਾਈ ਸਾਰੀ ਖਰਾਬ ਹੋ ਗਈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਆਪਾਂ ਨੂੰ ਫਰਮਾਉਂਦੇ ਨੇ, ਰਤਨ ਤਿਆਗ ਕੌਡੀ ਸੰਗ ਰਚੈ, ਨਾਮ ਰੂਪ ਰਤਨ ਨੂੰ ਛੱਡ ਕੇ ਕੌਡੀ ਹੁੰਦੀ ਮਾਇਆ, ਮਾਇਆ ਨਾਲ ਹੀ ਲੱਗਿਆ ਰਹਿੰਦਾ ਹਮੇਸ਼ਾ, ਉਹ ਸਾਡੀ ਬਿਰਤੀ ਹਮੇਸ਼ਾ ਮਾਇਆ 'ਚ ਹੈ। ਠੀਕ ਹੈ, ਮਾਇਆ ਬਿਨਾਂ ਗੁਜ਼ਾਰਾ ਨਹੀਂ ਹੈ, ਦੌਲਤ ਗੁਜਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਸਾਰੀਆਂ ਚੀਜ਼ਾਂ ਠੀਕ ਹੈ। ਪਰ ਇੰਨਾ ਵੀ ਨਹੀਂ ਸੀ ਕਿਹਾ ਕਿ 24 ਘੰਟੇ ਮਾਇਆ ਦੇ ਵਿੱਚ ਹੀ ਲੱਗੇ ਰਹੋ, ਨਾਮ ਰੂਪ ਰਤਨ ਦਾ ਤਿਆਗ ਕਰ ਦਿਓ। ਸਾਚ ਛੋੜ ਝੂਠ ਸੰਗ ਮਚੈ, ਸੋ ਸੱਚ ਬੋਲਣਾ ਛੱਡ ਕੇ, ਸੱਚੇ ਨਾਮ ਨੂੰ ਛੱਡ ਕੇ ਝੂਠ ਬੋਲਣ ਨਾਲ ਮਚੈ, ਸੋ ਮੱਚਾ ਨਹੀਂ ਮਚਾ ਹੈ, ਮਸਤ ਹੋਇਆ ਰਹਿੰਦਾ ਝੂਠ ਬੋਲਣ, ਆਦਤ ਪੈ ਗਈ ਇੱਕ ਸ਼ੁਰੂ ਤੋਂ ਲੈ ਕੇ, ਕਿਉਂਕਿ ਝੂਠ ਬੋਲਣ ਨਾਲ ਕਾਫ਼ੀ ਤਰੱਕੀ ਹੋ ਜਾਂਦੀ ਹੈ ਬੰਦੇ ਦੀ, ਕੋਈ ਵੀ ਗੱਲ ਕਰਦਾ ਨਾ ਜੀ ਇਹ ਤਾਂ ਬਿਲਕੁਲ ਸਹੀ ਹੈ, ਇਹ ਤਾਂ ਬਿਲਕੁਲ ਐਂ ਆ, ਠੀਕ ਆ। ਅੱਜ ਝੂਠ ਬੋਲਣ ਨਾਲ ਤੁਸੀਂ ਸਭ ਕੁਝ ਕਮਾ ਵੀ ਸਕਦੇ ਹੋ, ਕਈ ਕੁਛ ਕਰ ਵੀ ਸਕਦੇ ਹੋ, ਪਰ ਸਤਿਗੁਰੂ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ। ਗੁਰ ਪੀਰ ਹਮਾ ਤਾਂ ਭਰੇ ਪ੍ਰਲੋਕ ਵਿੱਚ ਜਾਂ ਮੁਰਦਾਰ ਨਾ ਖਾਏ, ਕਹਿੰਦੇ ਕੂੜ ਬੋਲ ਕੇ ਜਿਹੜਾ ਖਾਣਾ ਮੁਰਦੇ ਖਾਣ ਦੇ ਤੁਲ ਹੈ, ਮਰਿਆ ਹੋਇਆ ਬੰਦਾ ਖਾ ਲਿਆ ਜਾਂ ਝੂਠ ਬੋਲ ਕੇ ਚੀਜ਼ ਖਾ ਲਈ ਕਿਸੇ ਤੋਂ, ਜਿਹਦਾ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਦਾ ਹੀ ਨਾਲੇ ਬਚਨ। ਜਦੋਂ ਅਸੀਂ ਇਹ ਗੱਲ ਕਮਾਉਂਦੇ ਨਹੀਂ ਹੈਗੇ, ਫਿਰ ਝੂਠ ਬੋਲ ਕੇ ਖਾਣਾ ਕਿਉਂ, ਸੱਚ ਦੇ ਉੱਤੇ ਕਿਉਂ ਨਹੀਂ ਖੜਦੇ? ਇੱਕ ਸਿੰਘ 'ਤੇ ਅਸੀਂ ਹੱਸਦੇ ਹੁੰਦੇ ਸੀ ਅਲਫੋਰਡ, ਉਹਨੂੰ ਜਦੋਂ ਟਾਈਮ ਪੁੱਛੋਗਾ 11:27:37, ਅਸੀਂ ਬੜਾ ਹੱਸਣਾ, ਕਹਿੰਦਾ ਤੁਸੀਂ ਕਥਾ 'ਚ ਕਿਹਾ ਵੀ ਬਿਲਕੁਲ ਸਹੀ ਟਾਈਮ ਦੱਸਿਆ ਕਰੋ। ਮੈਂ ਕਿਹਾ ਚੱਲ ਠੀਕ ਹੈ, ਵੀ ਤੂੰ ਸੱਚ ਨੂੰ ਕਮਾਉਂਦਾ, ਵਧੀਆ ਗੱਲ ਆ। ਕਹਿਣ ਤੋਂ ਭਾਵ ਕਿ ਜੇ ਹੁਣ 12 ਵਜਣ ਵਾਲੇ ਆ, 12 ਵੱਜ ਗਏ ਜੀ, ਇੱਕ ਮਹਾਂਪੁਰ ਕਹਿੰਦੇ 15 ਮਿੰਟ ਤਾਂ ਝੂਠ ਹੀ ਆ, ਹਾਲੇ ਤਾਂ ਵੱਜਣੇ, ਚਲੋ ਮੰਨਦੇ ਇੰਨਾ ਕੁ ਔਖਾ। ਮੈਂ ਕਹਿ ਦਿਉ 11:45 ਕਹਿ ਦਿਉ, 12:15 ਕਹਿ ਦਿਉ। ਹਰ ਚੀਜ਼ ਵਿੱਚ ਇਹ ਜਿਹੜਾ ਝੂਠ ਆਪਣੇ ਹੱਡਾਂ 'ਚ ਰਚ ਗਿਆ, ਝੂਠ ਆਪਣੀ ਜ਼ੁਬਾਨ 'ਤੇ ਆ ਗਿਆ, ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਸਤਿਗੁਰੂ ਤਾਂ ਆਪ ਕਹਿੰਦੇ ਨੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਤਾਂ ਸਤਿਗੁਰੂ ਆਪਾਂ ਨੂੰ ਕੀ ਫਰਮਾਉਂਦੇ ਨੇ, ਸੱਚ ਨੂੰ ਛੱਡ ਕੇ ਝੂਠ ਨਾਲ ਹੀ, ਕੀ ਝੂਠ ਮਹਾਰਾਜ?